ਮੈਨੂੰ ਯਾਦ ਹੈ ਅੱਛੀ ਤਰ੍ਹਾਂ, ਮੇਰੇ ਵਾਰਡਰੋਬ ਦੇ ਵਿੱਚ 2-2.5 ਲੱਖ ਰੁਪਏ ਦੇ ਕੱਪੜੇ ਪਏ ਹੁੰਦੇ ਸੀ, 50,000 ਰੁਪਏ ਦੇ ਜੁੱਤੇ ਪਏ ਹੁੰਦੇ ਸੀ, ਬਥੇਰੀ ਗੱਡੀਆਂ ਮੋਟਰਸਾਈਕਲ ਚੇਂਜ ਕੀਤੇ, ਬਸ ਖੁਸ਼ੀ ਨਹੀਂ ਮਿਲਦੀ ਸੀਗੀ। ਅੱਜ ਜ਼ਿੰਦਗੀ ਦੇ ਵਿੱਚ 4 ਪੱਗਾਂ ਨੇ, 2-3 ਟੀ-ਸ਼ਰਟਾਂ ਨੇ, 2 ਪੈਂਟਾਂ ਨੇ, ਖਾਲੀ ਪਈ ਅਲਮਾਰੀ, ਬਟ ਲੋੜ ਹੀ ਨਹੀਂ ਪੈਂਦੀ, ਜ਼ਰੂਰਤ ਨਹੀਂ ਪੈਂਦੀ। ਤਾਂ ਉਹਨੇ ਕਿਹਾ ਸੀ ਕੀ ਕਰਦਾ? ਮੈਂ ਉਸਨੂੰ ਕਿਹਾ ਕਿ ਮੈਂ ਡੁੱਬਣ ਵਾਸਤੇ ਆਇਆ। ਉਹ ਕਹਿੰਦਾ ਨਹੀਂ, ਜ਼ਿੰਦਗੀ ਬਹੁਤ ਵੱਡੀ ਹੈ, ਘਰੇ ਵਗ ਜਾ। ਮੈਂ ਇਹ ਪ੍ਰਤੱਖ ਦੇਖਿਆ ਸੀ ਆਪਣੇ ਅੱਖਾਂ ਨਾਲ ਕਿ 22 ਰੁਪਏ ਦੇ ਇੰਜੈਕਸ਼ਨ ਪਿੱਛੇ ਇਹ ਬੱਚਾ ਮਰਦਾ ਹੋਇਆ ਦੇਖਿਆ। ਕਿੱਥੇ ਉਹ 6 ਸਾਲ ਕਮਰੇ 'ਚ ਬੰਦ ਸੀ ਮਲ ਮੂਤਰ ਦੇ ਵਿੱਚ, ਅੱਜ ਉਹ MC ਬਣ ਗਿਆ, ਵਿਆਹ ਕਰ ਲਿਆ। ਬੈਟਸੋਲ ਵਿੱਚੋਂ ਇੰਨੀ ਭੈਣਕ ਮੁਸਕ ਆਉਂਦੀ ਸੀ, ਇੱਡੇ ਡੂੰਘੇ ਬੈਟਸੋਲ, ਮੇਰੇ 6 ਬੈਟਸੋਲ ਸੀ। ਉਹ ਜੋ ਮੇਰੇ ਫਰੈਂਡ ਥੇ, ਮੇਰੇ ਦੋਸਤ ਥੇ, ਮੇਰੇ ਆਂਢ ਗੁਆਂਢ ਸੀ, ਰਿਸ਼ਤੇਦਾਰ ਸੀ, ਉਹ ਵੀ ਸਾਡੇ ਘਰ ਆਉਣ ਤੋਂ ਕੱਚਕਦੇ ਸੀ ਵੀ ਮੁੰਡੇ ਕੋਲੋਂ ਬੜੀ ਭੈੜੀ ਮੁਸਕ ਆਉਂਦੀ ਹੈ, ਕਿ ਜਿੱਦਾਂ ਕਿ ਇੱਕ ਡੰਗਰ ਮਾਰਿਆ ਹੁੰਦਾ, ਪਸ਼ੂ ਮਾਰਿਆ ਹੁੰਦਾ, ਜਿਹਨੂੰ ਕਹਿੰਦੇ ਬੜੀ ਗੰਦੀ ਬਦਬੂ ਆ ਰਹੀ, ਉੱਦਾਂ ਦੇ ਕਹਿੰਦੇ ਹੁੰਦੇ ਸੀ ਮੈਨੂੰ। ਤੇ ਵਿੱਚ ਤਾਂ ਮੇਰੇ ਆਂਢੀ ਗੁਆਂਢੀ ਇੱਦਾਂ ਵੀ ਕਹਿੰਦੇ ਸੀ ਵੀ ਤੂੰ ਇਹਦੇ ਨਾਲ ਚੰਗਾ ਤਾਂ ਮਰ ਹੀ ਜਾਂਦਾ, ਦੇਖ ਕਿੱਦਾਂ ਸੜ ਸੜ ਕੇ ਮਰ ਰਿਹਾ, ਤਾਂ ਲਫ਼ਜ਼ ਮੇਰੇ ਮੂੰਹ ਤੇ ਕਹਿ ਕੇ ਜਾਂਦੇ ਸੀ। ਜਦ ਮੇਰੇ ਮੰਮੀ ਦੀ ਇੰਜਰੀ ਹੋਈ ਨਾ, ਮੈਂ ਮੰਮੀ ਦੇ ਲਈ 5,000 ਰੁਪਏ ਬੜੇ ਕੋਸਟ ਜੁੱਤੇ ਲੈ ਕੇ ਆਇਆ ਸਨ, 2011 ਦੀ ਗੱਲ ਹੈ। ਮੰਮੀ ਦੇ ਹੁਣ ਪੈਰ ਚੱਲਣੇ ਬੰਦ ਹੋ ਗਏ, ਉਹ ਜੁੱਤੇ ਉਦਾਂ ਹੀ ਪਏ ਨੇ, ਹੈ ਨਾ। ਸਾਡੇ ਲਿਮਸ, ਸਾਡੇ ਹੱਥ ਪੈਰ ਚੱਲਦੇ ਨੇ, ਸਾਡੇ ਔਰਗਨ ਠੀਕ ਨੇ, ਇਸ ਤੋਂ ਵੱਡੀ ਕੋਈ ਦੌਲਤ ਨਹੀਂ ਹੈ ਜੀ। ਮੈਂ ਕਹਤਾ ਜ਼ਿੰਦਗੀ ਤੋਂ ਲਗਦੀ ਹੈ ਘੋੜੇ ਕੀ ਸਵਾਰੀ ਹੈ, ਕੋਈ ਨਹੀਂ ਸਾਥ ਦੇਤਾ ਜੈਸੇ ਕੋਈ ਕੁਵਾਰੀ ਹੈ, ਮੈਨੇ ਆਪਣੀ ਜ਼ਿੰਦਗੀ ਖੁਦ ਹੀ ਵਿਗਾੜੀ ਹੈ, ਮਿਹਨਤ ਕਰਕੇ ਮੁਝੇ ਅਬ ਖੁਦ ਹੀ ਸਜਾਣੀ ਹੈ। ਤੁਹਾਡਾ ਇੱਕ ਸ਼ੇਅਰ ਕੀਤਾ, ਪਤਾ ਨਹੀਂ ਕਿੰਨੇ ਪੇਸ਼ੈਂਟ ਦੀ ਜਾਨ ਬਚਾਏਗਾ ਜੀ, ਮੈਂ ਨਹੀਂ ਸੋਚ ਨਹੀਂ ਸਕਦਾ ਜੀ, ਕਿਉਂਕਿ ਉਹਨਾਂ ਵਿੱਚੋਂ ਮੈਂ ਵੀ ਇੱਕ ਹੈਗਾ ਜੀ, ਜਿਨ੍ਹਾਂ ਦੇ ਤੁਹਾਡੇ ਸ਼ੇਅਰ ਕੀਤੇ ਵੀਡੀਓ ਵਿੱਚ ਮੈਂ ਵੀ ਇੱਕ ਵੀਡੀਓ ਦੇਖੀ ਸੀ, ਜਾਂ ਮੇਰੇ ਦੋਸਤ ਨੇ ਮੈਨੂੰ ਦਿਖਾਈ ਸੀ, ਤਾਂ ਉਹ ਵੀਡੀਓ ਦੇਖ ਕੇ ਮੈਂ ਇੱਥੇ ਤੱਕ ਪਹੁੰਚ ਕੀਤੀ ਸੀ, ਤਾਂ ਮੈਂ ਇੱਥੇ ਪਹੁੰਚਿਆ ਸੀ, ਮੈਂ ਵੀ ਡਰਦਾ ਸੀ। ਇਹ ਨੋਰਮਲ ਨਹੀਂ ਹੈ, ਏਡੇ ਏਡੇ ਜ਼ਖਮ ਹੁੰਦੇ ਵੱਡੇ, ਔਰ ਪੂਰੇ ਪੂਰੇ ਹੱਥ ਪੈਂਦੇ ਆ, ਕੀੜੇ ਪਏ ਹੁੰਦੇ ਆ, ਨੋਰਮਲ ਉਂਗਲਾਂ ਗਲੀਆਂ ਹੁੰਦੀਆਂ, ਚੂਹਾਂ ਨੇ ਉਂਗਲਾਂ ਖਾਧੀਆਂ ਹੁੰਦੀਆਂ, ਪਿਸ਼ਾਬ ਵਾਲੇ ਅੰਗ ਖਾਧੇ ਹੁੰਦੇ, ਇਹ ਨੋਰਮਲ ਗੱਲਾਂ ਨੇ ਜੀ। ਕਿਉਂਕਿ ਪਰਿਵਾਰ ਤਾਂ ਹੈਗਾ ਸੀ, ਪਰ ਉਹਨਾਂ ਲਈ ਵੀ ਟਾਈਮ ਨਹੀਂ ਹੈਗਾ ਸੀ, ਅਸੀਂ ਵੈਸੇ ਐਂ ਬੈੱਡ ਤੇ ਇਕੱਲੇ ਚੁੱਪਚਾਪ ਪਏ ਰਹਿੰਦੇ ਸਾਰਾ ਦਿਨ, ਸਿੱਧੇ ਹੋ ਗਏ ਤਾਂ ਛੱਤ ਦੇਖਣੀ ਹੈ, ਉਲਟੇ ਹੋ ਗਏ ਤਾਂ ਗਲੀ ਦੇਖਣੀ ਹੈ। ਗੁਰਪ੍ਰਤਾਪ ਇਤਿਹਾਸਿਕ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਨੇੜੇ ਪਿੰਡ ਹੈ ਇਹਦਾ, ਔਰ 1 ਮਹੀਨੇ ਦੇ ਵਿੱਚ ਮੰਮੀ, ਡੈਡੀ, ਦਾਦਾ ਅਲੱਗ ਅਲੱਗ ਰੀਜ਼ਨ ਦੇ ਕਾਰਨ ਡੈਥ ਹੋ ਗਈ। 85 ਸਾਲ ਦੀ ਦਾਦੀ ਕਿੱਥੇ ਸਾਂਭੇ, ਇਕੱਠੇ ਹੋ ਕੇ ਸਾਨੂੰ ਇਹ ਸੇਵਾ ਬਖਸ਼ੀ ਗਈ। ਸਾਡੇ ਹੱਥ ਪੈਰ ਖੜੇ ਹੋ ਗਏ ਸੀ, ਕਿਉਂਕਿ MR ਪੇਸ਼ੈਂਟ ਨੂੰ ਸਾਂਭਣ ਲਈ ਅਲੱਗ ਤਰ੍ਹਾਂ ਦਾ ਇਨਫਰਾਸਟ੍ਰਕਚਰ, ਅਲੱਗ ਤਰੀਕੇ ਦੀ ਫੈਸਿਲਿਟੀ ਚਾਹੀਦੀ ਹੁੰਦੀ ਹੈ। ਬਟ ਭਗਤ ਜੀ ਨੂੰ ਯਾਦ ਕੀਤਾ ਕਿ ਉਹਨਾਂ ਨੂੰ ਵੀ ਪਿਆਰੇ ਨਾਮ ਦੇ ਬੱਚੇ ਦੀ ਬਖਸ਼ ਕੀਤੀ ਸੀ ਸੰਗਤ ਨੇ, ਇਕੱਠੇ ਹੋ ਕੇ ਉਹਨਾਂ ਨੂੰ, ਜਿਨ੍ਹਾਂ ਨੂੰ 32 ਸਾਲ ਆਪਣੇ ਪਿੱਠ ਦੇ ਉੱਪਰ ਉਹ ਲੈ ਕੇ ਘੁੰਮਦੇ ਰਹੇ। ਮਤਲਬ ਮੇਰੀ ਸ਼ਾਦੀ ਕੋ 3 ਮਹੀਨੇ ਹੋਏ ਥੇ, ਤੋ ਮੇਰੇ ਐਕਸੀਡੈਂਟ ਹੋ ਗਿਆ ਮੇਰੇ ਸਾਥ, ਹਾਂ 5-6 ਮਹੀਨੇ ਬਾਅਦ ਮੇਰੇ ਹਸਬੈਂਡ ਨੇ ਮੇਰੇ ਕੋ ਛੋੜ ਦਿਆ। ਜੋ 3 ਇੰਚ ਦੀ ਸਾਡੀ ਜ਼ੁਬਾਨ ਹੈ, ਇਹ ਸਭ ਤੋਂ ਪਾਵਰਫੁਲ ਟੂਲ ਹੈ, ਸਾਡੇ ਹੱਥ ਜਾਂ ਪੈਰ ਨਹੀਂ ਹੈਗੇ, ਇਹ ਤਾਂ ਬੜੀ ਬੜੀ ਰਿਆਸਤਾਂ ਗਿਰਾ ਵੀ ਦਿੰਦੀ ਹੈ ਔਰ ਬਿਨਾ ਵੀ ਦਿੰਦੀ। 25-30 ਲੱਖ ਰੁਪਏ ਤਾਂ ਮੇਰੇ ਇਲਾਜ ਤੇ ਲਗਾ ਦਿੱਤਾ। ਅੱਛਾ, ਇਹ ਕਰਜ਼ਾ ਹੈ। ਬੱਚੇ 5-5, 10-10 ਹਜ਼ਾਰ ਦੇ ਨਾਇਕੀ ਦੇ ਜੁੱਤੇ ਮੰਗਦੇ ਨਾ ਸਾਡੇ ਕੋਲ ਲੈ ਕੇ ਆਉਂਦੇ ਕਿ ਹਾਂ ਆਓ ਦੇਖੋ ਜਰਾ ਸੇਵਾ ਕਰੋ, ਤੁਸੀਂ ਕਿੰਨੇ ਖੁਸ਼ਕਿਸਮਤ ਹੋ, ਤੁਹਾਨੂੰ ਪਤਾ ਚੱਲੇ ਇਸ ਚੀਜ਼ ਦੀ ਵੈਲਿਊ ਹੋਵੇ ਤੁਹਾਨੂੰ। ਜੋ ਸਾਡੇ ਕੋਲ ਪੇਸ਼ੈਂਟਸ ਆਉਂਦੇ ਨੇ, ਕੋਈ 3 ਸਾਲ ਤੋਂ ਬੰਦ ਹੁੰਦਾ, ਕੋਈ 4 ਸਾਲ ਤੋਂ ਬੰਦ ਹੁੰਦਾ, ਕੋਈ 10 ਸਾਲ ਤੋਂ, ਕੋਈ 20 ਸਾਲ ਤੋਂ, ਕੋਈ 25-25 ਸਾਲ ਤੋਂ ਬੰਦ ਹੁੰਦੇ ਆ, ਇਹ 4 ਦੀਵਾਰਾਂ ਦੇ ਵਿੱਚ ਇੱਕ ਪੱਖਾ ਦੇਖਦੇ ਹੋਏ ਸਾਲੋਂ ਸਾਲ ਬੰਦ ਨੇ। ਮੇਰੇ ਮੰਮੀ ਦੇ ਬਹੁਤ ਹੀ ਵੱਡਾ ਬੈੱਡ ਸੋਰ ਸੀਗਾ, ਪੂਰਾ ਪੂਰਾ ਹੱਥ ਪੈ ਜਾਂਦਾ ਸੀਗਾ, ਕੀੜੇ ਪੈ ਗਏ ਸੀਗੇ। ਮੌਤ ਦੀ ਉਡੀਕ ਕਰ ਰਿਹਾ, ਮੌਤ ਵੀ ਪੋਸੀਬਲ ਨਹੀਂ ਹੈਗੀ, ਤੁਸੀਂ ਭੱਜ ਕੇ ਜਾ ਕੇ ਟ੍ਰੇਨ ਦੇ ਅੱਗੇ ਛਾਲ ਨਹੀਂ ਮਾਰ ਸਕਦੇ, ਰੱਤਾਂ ਨਹੀਂ ਚੱਲਦੀਆਂ, ਪੱਖੇ ਨਾਲ ਫਾਹਾ ਨਹੀਂ ਲੈ ਸਕਦੇ, ਖੜੇ ਨਹੀਂ ਹੋ ਸਕਦੇ, ਮੌਤ ਪੋਸੀਬਲ ਹੀ ਨਹੀਂ ਹੈ, ਵੱਧ ਤੋਂ ਵੱਧ ਲੁੜਕ ਕੇ ਥੱਲੇ ਗਿਰ ਸਕਦੇ ਹੋ, ਇੱਕ ਅੱਧੀ ਹੱਡੀ ਹੋਰ ਟੁੱਟ ਜਾਏਗੀ।
ਸਾਡੇ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਕਹਿੰਦੇ ਨੇ ਕਿ ਜਦੋਂ ਕਿਸੇ ਇਨਸਾਨ ਨੂੰ ਦੂਜਿਆਂ ਦੇ ਦੁੱਖ ਦਾ ਸੇਕ ਲੱਗਣਾ ਬੰਦ ਹੋ ਜਾਂਦਾ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਸ ਇਨਸਾਨ ਦੇ ਵਿੱਚ ਇਨਸਾਨੀਅਤ ਮਰਦੀ ਜਾ ਰਹੀ ਹੈ। ਜਿਸ ਜਗ੍ਹਾ ਤੇ ਅਸੀਂ ਬੈਠੇ ਹੋਏ ਹਾਂ, ਇੱਥੇ ਦੋ ਤਰ੍ਹਾਂ ਦੀਆਂ ਉਦਾਹਰਨਾਂ ਵੇਖਣ ਨੂੰ ਮਿਲ ਰਹੀਆਂ ਨੇ। ਪਹਿਲੀ ਉਦਾਹਰਨ ਹੈ, ਨੌਜਵਾਨਾਂ ਵੱਲੋਂ ਇੱਕ ਮਿਸਾਲ ਪੇਸ਼ ਕੀਤੀ ਗਈ ਹੈ, ਸਪਾਈਨਲ ਕੋਡ ਇੰਜਰੀ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ। ਜਦੋਂ ਵੀ ਕੋਈ ਇਨਸਾਨ ਪੀੜਿਤ ਹੁੰਦਾ ਹੈ ਤੇ ਉਸਦੇ ਘਰ ਦੇ ਜੀ ਜੇਕਰ ਉਸਦਾ ਇਲਾਜ ਨਹੀਂ ਕਰਵਾ ਪਾਉਂਦੇ ਜਾਂ ਦੇਖਭਾਲ ਨਹੀਂ ਕਰ ਪਾਉਂਦੇ ਤਾਂ ਇਹ ਨੌਜਵਾਨ ਮਿਲ ਕੇ ਉਹਨਾਂ ਦੀ ਦੇਖਭਾਲ ਕਰਦੇ ਨੇ, ਉਹਨਾਂ ਦਾ ਇਲਾਜ ਕਰਵਾਉਂਦੇ ਨੇ, ਯਾਨੀ ਕਿ ਇਨਸਾਨੀਅਤ ਦੀ ਮਿਸਾਲ ਪੇਸ਼ ਕਰ ਰਹੇ ਨੇ। ਦੂਜੇ ਪਾਸੇ ਇੱਥੇ ਜੋ ਪੀੜਿਤ ਹਨ ਉਹਨਾਂ ਵਿੱਚੋਂ ਕਈ ਅਜਿਹੇ ਲੋਕ ਹਨ ਜੋ ਆਪਣਿਆਂ ਦੁਆਰਾ ਹੀ ਸਤਾਏ ਗਏ ਨੇ, ਆਪਣਿਆਂ ਦੁਆਰਾ ਹੀ ਉਹਨਾਂ ਨੂੰ ਸੱਟਾਂ ਵੱਜੀਆਂ ਗਈਆਂ ਨੇ, ਯਾਨੀ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰ ਰਹੀਆਂ ਘਟਨਾਵਾਂ ਵੀ ਵੇਖਣ ਨੂੰ ਮਿਲ ਰਹੀਆਂ ਨੇ। ਤੇ ਅੱਜ ਅਸੀਂ ਗੱਲ ਕਰਾਂਗੇ ਸਵਰਨ ਸਿੰਘ ਜੀ ਦੇ ਨਾਲ, ਜੋ ਕਿ ਫਾਊਂਡਰ ਨੇ ਇਸ NGO ਦੇ, ਜੋ ਮਨੁੱਖਤਾ ਦੀ ਸੇਵਾ ਕਰ ਰਹੇ ਨੇ, ਯਾਨੀ ਕਿ ਮਨੁੱਖਤਾ ਦੀ ਸੇਵਾ, ਰੱਬ ਦੀ ਸੇਵਾ, ਇਹੀ ਮਿਸ਼ਨ ਲੈ ਕੇ ਉਹ ਚੱਲ ਰਹੇ ਨੇ। ਮੈਂ ਹਾਂ ਰੀਨਾ, ਤੁਸੀਂ ਵੇਖ ਰਹੇ ਹਾਂ RD ਪ੍ਰੋਡਕਸ਼ਨ ਚੈਨਲ ਤੇ ਮੇਰੇ ਨਾਲ ਨੇ ਸਵਰਨ ਸਿੰਘ ਸਰ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਬਹੁਤ ਥੈਂਕ ਯੂ ਜੀ। ਸਰ, ਸਭ ਤੋਂ ਪਹਿਲਾਂ ਤਾਂ ਪੁੱਛਣਾ ਚਾਹਾਂਗੇ ਕਿ ਤੁਸੀਂ ਇਸ NGO ਦੀ ਸ਼ੁਰੂਆਤ ਕੀਤੀ, ਮਨੁੱਖਤਾ ਦੀ ਸੇਵਾ, ਸੱਚੇ ਰੱਬ ਦੀ ਸੇਵਾ, ਕਿਵੇਂ ਜ਼ਿਹਨ ਦੇ ਵਿੱਚ ਆਇਆ ਕਿ ਆਪਾਂ ਸ਼ੁਰੂਆਤ ਕਰੀਏ, ਤੇ ਸਪਾਈਨਲ ਕੋਡ ਇੰਜਰੀ ਬਾਰੇ ਹੀ ਤੁਸੀਂ ਜੋ ਹੈ ਇਸ ਚੀਜ਼ ਨੂੰ ਲੈ ਕੇ ਅੱਗੇ ਕਿਵੇਂ ਵਧੇ? ਸਨ 2011 ਦੇ ਵਿੱਚ ਮੇਰਾ ਵੈਲ ਐਸਟੈਬਲਿਸ਼ ਬਿਜ਼ਨਸ ਸੀਗਾ ਦੁਬਈ ਦੇ ਵਿੱਚ, ਦੁਬਈ ਔਰ ਸਕੋਟਲੈਂਡ ਦੇ ਵਿੱਚ ਨਾ, ਤੇ ਉੱਥੇ ਮੇਰੀ ਮੰਮੀ ਨੂੰ ਇੰਡੀਆ ਦੇ ਵਿੱਚ ਇੰਜਰੀ ਹੋਈ ਹੈ, ਸਪਾਈਨਲ ਕੋਡ ਇੰਜਰੀ ਹੈ ਨਾ। ਅਸੀਂ ਬਹੁਤ ਜ਼ਿਆਦਾ ਐਕਸਪਲੋਇਟ ਹੋਏ, ਤਕਰੀਬਨ 45 ਲੱਖ ਰੁਪਏ ਸਾਡਾ ਲੱਗ ਗਿਆ, ਬਟ ਸਾਨੂੰ ਪਤਾ ਹੀ ਨਹੀਂ ਸੀ ਇਲਾਜ ਦੇ ਨਾਮ 'ਤੇ ਸਾਡੇ ਨਾਲ ਹੋ ਕਿਆ ਰਿਹਾ। ਅਸੀਂ ਲਗਾਤਾਰ ਐਕਸਪਲੋਇਟੇਸ਼ਨ ਦਾ ਸ਼ਿਕਾਰ ਬਣਦੇ ਰਹੇ, ਸਾਰੇ ਪ੍ਰਾਈਵੇਟ ਅਦਾਰੇ, ਵੱਡੇ ਵੱਡੇ ਬ੍ਰਾਂਡਡ 5-star ਹੋਸਪਿਟਲਸ ਔਰ ਗਵਰਨਮੈਂਟ ਹੋਸਪਿਟਲ, ਸਾਰੇ ਜਗ੍ਹਾ ਛਾਣ ਮਾਰੇ। ਮੇਰੀ ਮੰਮੀ 'ਤੇ ਬਹੁਤ ਹੀ ਵੱਡਾ ਬੈੱਡ ਸੋਰ ਸੀਗਾ, ਪੂਰਾ ਪੂਰਾ ਹੱਥ ਪੈ ਜਾਂਦਾ ਸੀਗਾ, ਕੀੜੇ ਪੈ ਗਏ ਸੀਗੇ, ਪਰੇਸ਼ਾਨ ਹੁੰਦੇ ਰਹੇ, ਮੰਮੀ ਨੂੰ ਲੈ ਕੇ ਭਟਕਦੇ ਰਹੇ, ਹੈ ਨਾ। ਸਾਰਾ ਬਿਜ਼ਨਸ ਵਾਈਂਡ ਅਪ ਕੀਤਾ ਔਰ ਵਾਪਸ ਇੰਡੀਆ ਆ ਕੇ ਮੰਮੀ ਦੇ ਨਾਲ 1.5 ਸਾਲ ਮੰਮੀ ਦੇ ਸਿਰਹਾਣੇ ਹੀ ਬੈਠਾ ਰਿਹਾ, ਸਾਰੀ ਦੁਨੀਆ ਦੇ ਸਾਰੇ ਕੰਮ ਛੱਡਤੇ ਸੀਗੇ ਤਾਂ ਜਾ ਕੇ ਮਾਂ ਬਚਾਈ ਸੀਗੀ। ਲੇਕਿਨ ਮਾਨਸਿਕ ਅਵਸਥਾ ਆਪਣੀ ਮਾਂ ਨੂੰ ਰੋਜ਼ ਮਰਦਾ ਦੇਖਣਾ, ਕਿਸੜ ਕਿਸੜ ਕੇ, ਉਹ ਬੜਾ ਮੁਸ਼ਕਿਲ ਹੁੰਦਾ ਜੀ। ਫਿਰ ਜ਼ਖਮਾਂ ਦੇ ਵਿੱਚੋਂ ਕੀੜੇ ਨਿਕਲਦੇ ਹੁੰਦੇ ਆ, ਇਨਸਾਨ ਜ਼ਿੰਦਾ ਹੈ ਲੇਕਿਨ ਉਹਦੇ ਜ਼ਖਮਾਂ 'ਚੋਂ ਕੀੜੇ ਨਿਕਲ ਰਹੇ ਨੇ, ਔਰ ਤੁਹਾਡੀ ਮਾਂ ਹੈਗੀ ਹੈ ਨਾ, ਤੁਸੀਂ ਉਹਨਾਂ ਦੇ ਅੰਗ ਹੋ, ਬੜਾ ਬਹੁਤ ਦੁਖਦਾਈ ਹੁੰਦਾ ਸੀ ਦੇਖਣਾ ਇਹ। ਲੈ ਕੇ ਉਹਨਾਂ ਮੰਮੀ ਨੂੰ ਫਿਰਦੇ ਰਹੇ, ਜਿੱਥੇ ਵੀ ਜਾਣਾ ਉਹਨਾਂ ਨੇ ਡਿਪਰਾਈਵਮੈਂਟ, ਮਤਲਬ ਕਿ ਉਹ ਜਿਹੜਾ ਡੈਡ ਟਿਸ਼ੂ ਨੇ ਜਿਹਨਾਂ ਤੋਂ ਸਮੈਲ ਆ ਰਹੀ ਹੈ, ਉਹ ਕੱਟ ਕੇ ਭੇਜ ਦੇਣਾ ਵਾਪਸ, ਉਹ ਹੋਰ ਡੂੰਘਾ ਹੋ ਜਾਣਾ, ਹੋਰ ਡੂੰਘਾ ਹੋ ਜਾਣਾ, ਜ਼ਖਮ ਵੱਧਦਾ ਹੀ ਜਾਂਦਾ ਸੀਗਾ, ਕੰਟਰੋਲ ਹੀ ਨਹੀਂ ਹੁੰਦਾ ਸੀਗਾ, ਸਾਨੂੰ ਕੋਈ ਗਾਈਡ ਕਰਨ ਵਾਲਾ ਹੀ ਨਹੀਂ ਸੀਗਾ ਕਿ ਕਰਨਾ ਕਿਆ ਹੈ। ਬੜਾ ਔਖਾ ਹਾਲਾਤ ਦੇਖਿਆ ਜੀ ਨਾ ਉਹ ਤਾਂ। ਤੇ ਉਸੇ ਸਫ਼ਰ ਦੇ ਦੌਰਾਨ ਮੈਨੂੰ ਯਾਦ ਹੈ, ਮੈਂ ਗਵਰਨਮੈਂਟ ਹੋਸਪਿਟਲ ਸੈਕਟਰ 32 ਚੰਡੀਗੜ੍ਹ ਦੇ ਵਿੱਚ ਸੀਗਾ। ਅਸੀਂ ਬਾਲੀਵੁੱਡ ਫਿਲਮਾਂ ਦੇ ਵਿੱਚ ਦੇਖਿਆ ਕਿ ਇੰਜੈਕਸ਼ਨ ਦੇ ਪਿੱਛੇ, ਦਵਾਈ ਦੇ ਪਿੱਛੇ ਮੌਤ ਹੋਣਾ, ਪਰ ਮੈਂ ਰਾਤ ਦੇ 11-12 ਵਜੇ ਹੋਈ ਸੀ, ਮੈਂ ਇਹ ਪ੍ਰਤੱਖ ਦੇਖਿਆ ਸੀ ਆਪਣੇ ਅੱਖਾਂ ਨਾਲ ਕਿ 22 ਰੁਪਏ ਦੇ ਇੰਜੈਕਸ਼ਨ ਪਿੱਛੇ ਇਹ ਬੱਚਾ ਮਰਦਾ ਹੋਇਆ ਦੇਖਿਆ। ਉਸ ਤੋਂ ਪਹਿਲਾਂ ਪਤਾ ਨਹੀਂ ਸੀ ਕਿ ਪੈਸੇ ਦੀ ਇੰਨੀ ਵੈਲਿਊ ਹੁੰਦੀ ਹੈ, 1000-2000 ਰੁਪਏ ਉਡਾਉਂਦੇ ਹੋਏ ਅਸੀਂ ਪਰਵਾਹ ਨਹੀਂ ਕਰਦੇ ਸੀਗੇ, ਬਟ 100 ਰੁਪਏ ਦੀ ਇੰਨੀ ਵੈਲਿਊ ਹੋ ਸਕਦੀ, ਕਦੇ ਰੀਅਲਾਈਜ਼ ਨਹੀਂ ਕੀਤਾ ਸੀਗਾ। ਅਤੇ ਕਿਤਾਬਾਂ ਪੜ੍ਹਨ ਦਾ ਸ਼ੌਕ ਸੀਗਾ, ਬਾਇਓਗ੍ਰਾਫੀਸ ਕਾਫੀ ਜ਼ਿਆਦਾ ਪੜ੍ਹਦਾ ਸੀਗਾ, ਅਤੇ ਉਸੇ ਦੌਰਾਨ ਭਗਤ ਜੀ ਦੀ ਬਾਇਓਗ੍ਰਾਫੀ ਪੜ੍ਹੀ, ਅਤੇ ਉਹ ਕਹਿੰਦੇ ਪਰਮਾਤਮਾ ਨੇ ਕੁਛ ਤੁਹਾਡੇ ਤੋਂ ਕਰਵਾਉਣਾ ਹੋਵੇ ਉਸੇ ਤਰੀਕੇ ਦੀ ਵਿਰਧ ਰਚੀ ਜਾਂਦੀ ਹੈ,
ਉਸੇ ਤਰੀਕੇ ਦੇ ਹਾਲਾਤ ਬਣਦੇ ਰਹੇ ਔਰ ਇਹ ਸਫ਼ਰ ਸ਼ੁਰੂ ਹੋ ਗਿਆ ਜੀ। ਕਿਹੜੇ ਸਾਲ ਤੁਸੀਂ ਇਹ ਸ਼ੁਰੂਆਤ ਕੀਤੀ NGO ਤੇ, ਜਦੋਂ ਸ਼ੁਰੂਆਤ ਕੀਤੀ ਇਕੱਲੇ ਹੀ ਤੁਰੇ ਸੀ ਜਾਂ ਤੁਹਾਡੇ ਨਾਲ ਕੋਈ ਸਾਥੀ ਸੀ ਜਿਨ੍ਹਾਂ ਨੇ ਤੁਹਾਡਾ ਸਾਥ ਦਿੱਤਾ? 2015 ਦੇ ਵਿੱਚ ਸੇਵਾ ਦਾ ਸਫ਼ਰ ਸ਼ੁਰੂ ਹੋਇਆ ਸੀਗਾ। ਕੁਛ ਖਾਸ ਨਹੀਂ ਦੇਖਿਆ ਸੀ, ਦ ਟ੍ਰਿਬਿਊਨ ਅਖਬਾਰ ਦੇ ਵਿੱਚ ਫਾਰਮਰ ਸੁਸਾਇਟੀ ਦੇ ਉੱਪਰ ਸੀਰੀਜ਼ ਚੱਲ ਰਹੀ ਸੀ, ਆਰਟੀਕਲਸ ਆ ਰਹੇ ਸੀਗੇ, ਮੈਂ ਔਰ ਡੈਡੀ ਖੜੇ ਸੀਗੇ, ਇੱਕ ਵਿਡੋ ਲੇਡੀ ਸੀ, ਉਹਦੇ 3 ਬੱਚੇ ਸੀ, 2 ਦਿਨ ਤੋਂ ਉਹਨਾਂ ਦੇ ਘਰ ਚੁੱਲ੍ਹਾ ਨਹੀਂ ਚੱਲਿਆ ਸੀਗਾ, ਹਸਬੈਂਡ ਨੇ ਸੁਸਾਈਡ ਕਰ ਲਈ ਸੀ, ਯੰਗ ਸੀਗੀ ਵਿਮੈਨ, ਅਤੇ ਡੈਡੀ ਕਹਿੰਦੇ ਮੈਂ 10,000 ਰੁਪਏ ਦਿੰਦਾ ਦੇ ਆਏਗਾ। ਮੈਂ ਕਿਹਾ ਡੈਡੀ ਦੇ ਆਊਂਗਾ ਕੋਈ ਗੱਲ ਨਹੀਂ। ਡੈਡੀ ਤੋਂ ਪੈਸੇ ਫੜੇ ਅਤੇ ਮੈਂ ਟ੍ਰਿਬਿਊਨ ਦੇ ਆਫਿਸ ਗਿਆ ਚੰਡੀਗੜ੍ਹ, ਮੈਂ ਉੱਥੋਂ ਰਿਪੋਰਟਰ ਦਾ ਨੰਬਰ ਲਿੱਤਾ, ਮੈਂ ਫੋਨ ਕੀਤਾ ਸੰਗਰੂਰ ਦੇ ਵਿੱਚ ਕਿਤੇ ਅੱਗੇ ਜਾ ਕੇ ਸੀਗਾ, ਅਤੇ ਮੈਂ ਵਾਪਿਸ ਆਇਆ, ਰਸਤੇ 'ਚ ਆਪਣੇ 2-3 ਦੋਸਤਾਂ ਨੂੰ ਮਿਲਿਆ, ਮੈਂ ਕਿਹਾ ਮੈਂ ਇੱਦਾਂ ਜਾ ਰਿਹਾ ਕੱਲ੍ਹ, ਅਤੇ ਕਿਸੇ ਨੇ ਉਹਨੇ 2,000 ਦੇਤਾ, ਉਹਨੇ 4,000 ਦੇਤਾ, ਉਹ ਕਰਦੇ ਕਰਦੇ 10,000 ਦੇ 28,000 ਬਣ ਗਏ। ਠੀਕ ਹੈ, ਜਦ ਮੈਂ ਨੈਕਸਟ ਡੇ ਗਿਆ ਅਤੇ 28,000 ਰੁਪਏ ਦਿੱਤਾ, ਅਤੇ ਮੈਂ ਸ਼ੋਰਟ ਜਿਹਾ 30 ਸੈਕਿੰਡ ਦਾ ਵੀਡੀਓ ਵੈਸੇ ਬਣਾ ਲਿਆ ਆਪਣੇ ਫਰੈਂਡਸ ਨੂੰ ਭੇਜਣ ਨੂੰ ਕਿ ਬਈਆ ਪੈਸੇ ਫੜਾ ਤੇ, ਮੈਂ ਛੋਟੇ ਜਿਹੇ ਇਕੱਠੇ ਹੋ ਗਏ ਸੀਗੇ, ਕੁਛ ਪਰਪਸ ਨਹੀਂ ਸੀਗਾ, ਉਹ ਵੀਡੀਓ ਬਣਾ ਕੇ ਭੇਜ ਕੇ ਸ਼ਾਮ ਨੂੰ ਮੈਂ ਆ ਕੇ ਸੋ ਗਿਆ ਆਪਣਾ। ਸਵੇਰੇ ਮੇਰੇ ਫੋਨ ਫਰੈਂਡਸ ਦੇ ਜਿਹੜੇ ਅੱਡ ਸਟੇਟਸ ਦੇ ਵਿੱਚ ਨੇ, ਕੰਟਰੀਜ਼ ਦੇ ਵਿੱਚ ਨੇ, ਉਹਨਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਕਿ ਤੈਨੂੰ ਕਿਆ ਕਰ ਰਹੇ ਹੋ ਇਹ। ਮੈਂ ਕੁਛ ਨਹੀਂ ਯਾਰ, ਇੱਦਾਂ ਬਸ ਇਕੱਠੇ ਕੀਤੇ ਸੀ ਪੈਸੇ, ਦੇ ਆਏ ਸੀ, ਡੈਟਸ ਆਲ ਨਾ। ਤੇ ਕਹਿੰਦਾ ਨਹੀਂ ਆਪਾਂ ਇਹਨੂੰ ਮੰਥਲੀ ਬੇਸਿਸ ਤੇ ਕਰੀਏ ਯਾਰ, ਆਪਾਂ ਕਰਨਾ ਚਾਹੁੰਦੇ ਹਾਂ। ਉੱਥੋਂ ਇਹ ਸਫ਼ਰ ਦਾ ਸੇਵਾ ਸ਼ੁਰੂ ਹੋਇਆ, 2015 ਦੀ ਗੱਲ ਹੈ ਜੀ। ਫਿਰ 2019 ਦੇ ਵਿੱਚ ਮੁਨੀਸ਼ ਮਿਲਿਆ PGI ਗੁਰਦੁਆਰੇ ਦੇ ਵਿੱਚ, ਇਹ ਸਪਾਈਨਲ ਕੋਰਡ ਪੇਸ਼ੈਂਟ ਜਿਹਨਾਂ ਦੀ ਲੱਤਾਂ ਨਹੀਂ ਚੱਲ ਰਹੀ ਸੀ, ਆਪਣੇ ਸਾਥੀਆਂ ਆਪ ਜਿਹਨਾਂ ਨੂੰ ਇਹ ਜਾਣਦਾ ਵੀ ਨਹੀਂ ਹੈ ਮੇਲ ਹੈ ਫੀਮੇਲ ਹੈ, ਕਿਹੜੇ ਧਰਮ ਦੇ ਨੇ, ਕਿਹੜੇ ਜੈਂਡਰ ਹੈ, ਕਿਹੜੇ ਜਾਤਾਂ ਪ੍ਰਜਾਤੀਆਂ ਦੇ ਨੇ, ਕੁਛ ਨਹੀਂ ਪਤਾ ਉਹਨਾਂ ਲਈ। ਇਹ ਵੀਲਚੇਅਰਾਂ ਦੀ ਭੀਖ ਮੰਗਣ PGI ਗੁਰਦੁਆਰੇ ਵਿੱਚ ਆਇਆ ਹੋਇਆ ਸੀ। ਆਪ ਇਹਦੇ ਡੈਡੀ ਕਲਾਸ 1 ਆਫਿਸਰ ਰਿਟਾਇਰ ਹੈ, ਜ਼ਮੀਨਾਂ ਜਾਇਦਾਦ ਹੈਗੀਆਂ ਚੰਗੀਆਂ ਨਾ। ਉੱਥੋਂ ਫਿਰ ਸਪਾਈਨਲ ਕੋਰਡ ਇੰਜਰੀ ਦਾ ਸਫ਼ਰ ਸੇਵਾ ਸਫ਼ਰ ਸ਼ੁਰੂ ਹੋਇਆ। ਬਾਕੀ ਸੇਵਾਵਾਂ ਤਾਂ ਕਰ ਹੀ ਰਹੇ ਸੀਗੇ, PGI ਦੇ ਵਿੱਚ ਆਪਰੇਸ਼ਨ ਸਪੋਂਸਰ ਕਰ ਰਹੇ ਸੀ, ਘਰ ਬਣਾ ਰਹੇ ਸੀਗੇ, ਲੰਗਰ ਚੱਲ ਰਹੇ ਸੀ, ਬੱਚਿਆਂ ਦੀ ਫੀਸਾਂ ਭਰੀਆਂ ਜਾ ਰਹੀ ਸੀ, ਇਹ ਸਾਰੀ ਸੇਵਾਵਾਂ ਬਾਹਰ ਚੱਲ ਰਹੀਆਂ ਸੀ। ਬਟ ਇਹ ਜੋ ਸੇਵਾ ਦਾ ਸਫ਼ਰ ਸ਼ੁਰੂ ਹੋਇਆ ਇਹ ਮੁਨੀਸ਼ ਦੇ ਨਾਲ ਰਲ ਕੇ ਸ਼ੁਰੂ ਹੋਇਆ 2019 ਦੇ ਵਿੱਚ। ਅਸੀਂ 2-3 ਫਰੈਂਡ ਸੀਗੇ ਪੁਰਾਣੇ ਸਕੂਲ ਦੇ, ਮੇਰੇ 25-26 ਸਾਲ ਪੁਰਾਣੇ ਫਰੈਂਡ ਨੇ, ਅਸੀਂ 2-3 ਫਰੈਂਡ ਤੁਰੇ ਸੀਗੇ ਨਾਲ ਸਾਡੇ, ਫਿਰ ਕਲਾਸਮੇਟਸ ਜੋ ਸਕੂਲਮੇਟ ਸੀਗੇ, ਕਾਲਜਮੇਟ ਸੀਗੇ, ਸਾਡੇ ਟੀਚਰ, ਸਾਡੇ ਪ੍ਰੋਫੈਸਰ, ਸੇਮ ਸੋਚ ਵਾਲੇ ਇਨਸਾਨ ਜੋ ਸਮਾਜ 'ਚੋਂ ਕੁਛ ਡਾਇਰੈਕਟਲੀ ਦੇਣਾ ਚਾਹੁੰਦੇ ਸੀਗੇ, ਜੋ ਸਾਡੇ ਰਿਲੀਜੀਅਸ ਇੰਸਟੀਟਿਊਸ਼ਨਸ ਦੇ ਵਿੱਚ ਪੈਸਾ ਪਾ ਕੇ ਥੱਕ ਚੁੱਕੇ ਨੇ, ਹੈ ਨਾ, ਸਮਾਜ 'ਚੋਂ ਕੁਛ ਸਿੱਧਾ ਕੁਛ ਪਾਰਟੀਸਪੇਟ ਕਰਨਾ ਚਾਹੁੰਦੇ ਸੀ, ਉਹਨਾਂ ਲੋਕਾਂ ਦਾ, ਉਹਨਾਂ ਦੋਸਤਾਂ ਦਾ ਸਾਥ ਮਿਲਿਆ ਔਰ ਇਹ ਸਫ਼ਰ ਇੱਕ ਬਿਹਤਰੀਨ ਤਰੀਕੇ ਨਾਲ ਸ਼ੁਰੂ ਹੋ ਗਿਆ। ਅਕਾਲ ਪੁਰਖ ਤੋਂ ਡਰ ਕੇ ਕਹਿੰਦਾ ਜੀ, ਹੈ ਨਾ, ਇਹ ਪੂਰੇ ਇੰਡੀਆ ਦੇ ਵਿੱਚ ਇਹ ਇਕੱਲੀ ਫੈਸਿਲਿਟੀ ਹੈ ਜਿੱਥੇ ਆਹ ਸੇਵਾ ਚੱਲ ਰਹੀ ਹੈ, ਹੈ ਨਾ, ਇਹ ਪੂਰੇ ਇੰਡੀਆ ਦੇ ਵਿੱਚ ਨਹੀਂ ਚੱਲ ਰਹੀ, ਔਰ ਦੈਟ ਟੂ ਟੋਟਲੀ ਫ੍ਰੀ ਆਫ ਕੋਸਟ, ਇੱਥੇ ਪੈਸਾ ਨਹੀਂ ਕੋਈ ਲਿਆ ਜਾਂਦਾ ਜੀ। ਮੈਂ ਉਹੀ ਪੁੱਛਣਾ ਚਾਹ ਰਹੀ ਸੀ ਕਿ ਸਪਾਈਨਲ ਕੋਡ ਇੰਜਰੀ ਦਾ ਪਹਿਲੀ ਗੱਲ ਇਲਾਜ ਸੰਭਵ ਹੈ, ਦੂਸਰਾ ਇਹ ਕਿ ਇੱਥੇ ਜੋ ਤੁਹਾਡੇ ਕੋਲ ਪੇਸ਼ੈਂਟ ਆਉਂਦੇ ਨੇ ਕਿਹੜੀ ਅਵਸਥਾ ਦੇ ਵਿੱਚ ਤੁਸੀਂ ਉਹਨਾਂ ਨੂੰ ਚੱਕ ਕੇ ਲਿਆਉਂਦੇ ਹੋ? ਸਪਾਈਨਲ ਕੋਰਡ ਇੰਜਰੀ ਦੇ ਉੱਪਰ ਰਿਸਰਚ ਚੱਲ ਰਹੀ ਹੈ ਪਿਛਲੇ 80-90 ਸਾਲ ਤੋਂ। ਜਦ ਵੀ ਇਸਦਾ ਇਲਾਜ ਆਏਗਾ ਉਹਨੂੰ ਨੋਬਲ ਮਿਲੇਗਾ, ਔਰ ਪੂਰੇ ਆਲ ਓਵਰ ਵਰਲਡ ਇਲੈਕਟ੍ਰੋਨਿਕ ਮੀਡੀਆ ਔਰ ਪ੍ਰਿੰਟ ਮੀਡੀਆ 'ਚ ਬਹੁਤ ਲੰਬੇ ਚਲੇ ਅਨਾਊਂਸਮੈਂਟਸ ਹੋਣਗੀਆਂ, ਰਿਸਰਚ ਚੱਲ ਰਹੀ ਹੈ ਇਹਦੇ ਉੱਪਰ। ਜੋ ਸਾਡੇ ਕੋਲ ਪੇਸ਼ੈਂਟਸ ਆਉਂਦੇ ਨੇ, ਕੋਈ 3 ਸਾਲ ਤੋਂ ਬੰਦ ਹੁੰਦਾ, ਕੋਈ 4 ਸਾਲ ਤੋਂ ਬੰਦ ਹੁੰਦਾ, ਕੋਈ 10 ਸਾਲ ਤੋਂ, ਕੋਈ 20 ਸਾਲ ਤੋਂ, ਕੋਈ 25-25 ਸਾਲ ਤੋਂ ਬੰਦ ਹੁੰਦੇ ਆ। ਇਹ 4 ਦੀਵਾਰਾਂ ਦੇ ਵਿੱਚ ਇੱਕ ਪੱਖਾ ਦੇਖਦੇ ਹੋਏ ਸਾਲੋਂ ਸਾਲ ਬੰਦ ਨੇ। ਸ਼ਬਦਾਂ ਦੇ ਵਿੱਚ ਕਹਿਣਾ ਬੜਾ ਸੌਖਾ ਹੈ ਜੀ, 5 ਸਾਲ 10 ਸਾਲ ਨਾ ਜ਼ਿੰਦਗੀ ਦੇ ਦੌਰ ਨਿਕਲ ਜਾਂਦੇ ਆ ਜੀ,
ਜ਼ਿੰਦਗੀ ਦੇ ਦੌਰ ਨਿਕਲ ਜਾਂਦੇ ਆ, ਉਹ ਮਾਨਸਿਕ ਅਵਸਥਾ ਤੁਸੀਂ ਅੱਖਾਂ ਬੰਦ ਕਰਕੇ ਮਹਿਸੂਸ ਕਰਕੇ ਦੇਖੋ ਕਿ ਬੰਦਾ ਪਿਆ, ਪੱਖਾ ਦੇਖ ਰਿਹਾ, ਚਾਰ ਦੀਵਾਰੀ 'ਚ ਪਿਆ, ਉਹਨੂੰ ਪਤਾ ਹੀ ਨਹੀਂ ਮੈਂ ਠੀਕ ਹੋਣਾ ਨਹੀਂ ਹੋਣਾ, ਮੈਨੂੰ ਕਹਿੰਦੇ ਬਿਮਾਰੀ ਨੂੰ ਬੋਲਦੇ ਕਹਿੰਦੇ ਕਿਆ, ਮੈਨੂੰ ਹੋਇਆ ਕਿਆ, ਉਹਨੂੰ ਪਤਾ ਹੀ ਨਹੀਂ ਹੈ, ਉਹ ਪਿਆ ਬਸ, ਉਹਨੂੰ ਕੁਛ ਨਹੀਂ ਪਤਾ, ਮੌਤ ਦੀ ਉਡੀਕ ਕਰ ਰਿਹਾ, ਮੌਤ ਵੀ ਪੋਸੀਬਲ ਨਹੀਂ ਹੈਗੀ, ਤੁਸੀਂ ਭੱਜ ਕੇ ਜਾ ਕੇ ਟ੍ਰੇਨ ਦੇ ਅੱਗੇ ਛਾਲ ਨਹੀਂ ਮਾਰ ਸਕਦੇ, ਲੱਤਾਂ ਨਹੀਂ ਚੱਲਦੀਆਂ, ਪੱਖੇ ਨਾਲ ਫਾਹਾਂ ਨਹੀਂ ਲੈ ਸਕਦੇ, ਖੜੇ ਨਹੀਂ ਹੋ ਸਕਦੇ, ਮੌਤ ਪੋਸੀਬਲ ਹੀ ਨਹੀਂ ਹੈ, ਵੱਧ ਤੋਂ ਵੱਧ ਲੁੜਕ ਕੇ ਥੱਲੇ ਗਿਰ ਸਕਦੇ ਹੋ, ਇੱਕ ਅੱਧੀ ਹੱਡੀ ਹੋਰ ਟੁੱਟ ਜਾਏਗੀ, ਮੌਤ ਮਰਨਾ ਵੀ ਮਨਜ਼ੂਰ ਨਹੀਂ ਹੈ, ਮੌਤ ਘਿਸੜ ਘਿਸੜ ਕੇ ਆਏਗੀ ਸਾਲੋ ਸਾਲ 'ਚ, ਮਰਨਾ ਵੀ ਬਹੁਤ ਔਖਾ ਇਸ 'ਚ। ਇੱਕ ਮੈਂ ਵੀਡੀਓ ਦੇਖ ਰਹੀ ਸੀ ਜਿਸ ਦੇ ਵਿੱਚ ਮਾਤਾ ਜੀ ਆਏ ਨੇ ਤੇ ਉਹਨਾਂ ਦੇ ਸੱਟ ਲੱਗੀ ਹੈ ਤੇ ਕਹਿੰਦੇ ਨੇ ਕਿ ਸੱਟ ਉਹਨਾਂ ਦੇ ਪੁੱਤਰ ਵੱਲੋਂ ਹੀ ਮਾਰੀ ਗਈ ਹੈ। ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਜਿੰਨੇ ਜ਼ਿਆਦਾ ਅਸੀਂ ਪਦਾਰਥਵਾਦ ਦੀ ਦੌੜ ਦਾ ਹਿੱਸਾ ਬਣਦੇ ਜਾ ਰਹੇ ਹਾਂ ਉਨਾ ਹੀ ਅਸੀਂ ਕਿਤੇ ਨਾ ਕਿਤੇ ਆਪਣਿਆਂ ਤੋਂ ਟੁੱਟਦੇ ਜਾ ਰਹੇ ਹਾਂ। 100% ਜੀ, ਨੋ ਡਾਊਟ, ਵਿਦਆਊਟ ਐਨੀ ਸੈਕਿੰਡ ਥੋਟ, ਇਹ ਗੱਲ ਤਾਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਮਾਇਆ ਬੜੀ ਪ੍ਰਧਾਨ ਬਣੀ ਹੋਈ ਹੈ, ਮੈਟੀਰੀਅਲਿਜ਼ਮ ਪਿੱਛੇ ਲੋਕ ਪਾਗਲ ਹੋਏ ਹੋਏ ਹੈ ਜੀ ਨਾ, ਕੁਛ ਚੀਜ਼ ਨਹੀਂ ਰਹਿਣੀ, ਸਭ ਟੈਂਪਰੇਰੀ ਬੇਸਿਸ ਤੇ ਹੈ ਨਾ। ਔਰ ਇਸ ਸੇਵਾ ਦੇ ਸਫ਼ਰ ਤੋਂ ਪਹਿਲਾਂ ਮੈਂ ਬਹੁਤ ਹੀ ਜ਼ਿਆਦਾ ਦੁਨਿਆਵੀ ਚੱਕਾ ਚੌਂਹ ਦੇ ਵਿੱਚ ਜਿੰਦਾ ਸੀਗਾ, ਮੈਂ ਮੈਟੀਰੀਅਲਿਜ਼ਮ ਦੇ ਵਿੱਚ ਜਿੰਦਾ ਸੀਗਾ, ਮੈਂ ਵੀ ਉਹ ਫਲੈਸ਼ੀ ਕਾਰ ਲੈਵਿਸ਼ ਜ਼ਿੰਦਗੀ ਦੇ ਪਿੱਛੇ ਹੀ ਭੱਜਦਾ ਸੀਗਾ, ਜ਼ਿੰਦਗੀ ਦਾ ਪੱਖ ਇਹ ਦੇਖਿਆ ਨਹੀਂ ਸੀਗਾ। ਮੈਨੂੰ ਯਾਦ ਹੈ ਅੱਛੀ ਤਰ੍ਹਾਂ, ਮੇਰੇ ਵਾਰਡਰੋਬ ਦੇ ਵਿੱਚ 2-2.5 ਲੱਖ ਰੁਪਏ ਦੇ ਕੱਪੜੇ ਪਏ ਹੁੰਦੇ ਸੀ, ਹਜ਼ੇਰੇ 50,000 ਰੁਪਏ ਦੇ ਜੁੱਤੇ ਪਏ ਹੁੰਦੇ ਸੀ, ਬਥੇਰੀ ਗੱਡੀਆਂ ਮੋਟਰਸਾਈਕਲ ਚੇਂਜ ਕੀਤੇ, ਬਟ ਖੁਸ਼ੀ ਨਹੀਂ ਮਿਲਦੀ ਸੀਗੀ। ਅੱਜ ਜ਼ਿੰਦਗੀ ਦੇ ਵਿੱਚ 4 ਪੱਗਾਂ ਨੇ, 2-3 ਟੀ-ਸ਼ਰਟਾਂ ਨੇ, 2 ਪੈਂਟਾਂ ਨੇ, ਖਾਲੀ ਪਈ ਅਲਮਾਰੀ, ਬਟ ਲੋੜ ਹੀ ਨਹੀਂ ਪੈਂਦੀ, ਜ਼ਰੂਰਤ ਨਹੀਂ ਪੈਂਦੀ। ਜਦੋਂ ਤੁਹਾਡੇ ਕੋਲ ਪੇਸ਼ੈਂਟ ਆਉਂਦੇ ਆ, ਸਰੀਰਕ ਤੇ ਮਾਨਸਿਕ ਅਵਸਥਾ ਉਹਨਾਂ ਦੀ ਕਿਹੋ ਜਿਹੀ ਹੁੰਦੀ ਹੈ? ਸਰੀਰਕ ਅਵਸਥਾ ਇੱਦਾਂ ਦੀ ਹੁੰਦੀ ਹੈ, ਮਲਟੀਪਲ ਕਈ ਬੈਡ ਸੋਰ ਹੁੰਦੇ ਆ, ਸਾਈਡਾਂ ਖਰਾਬ ਹੁੰਦੀਆਂ, ਬੈਕ ਖਰਾਬ ਹੁੰਦੀ ਹੈ, ਇਹ ਨੋਰਮਲ ਨਹੀਂ ਹੈ, ਏਡੇ ਏਡੇ ਜ਼ਖਮ ਹੁੰਦੇ ਵੱਡੇ, ਔਰ ਪੂਰੇ ਪੂਰੇ ਹੱਥ ਪੈਂਦੇ ਆ, ਕੀੜੇ ਪਏ ਹੁੰਦੇ ਆ, ਨੋਰਮਲ ਉਂਗਲਾਂ ਗਲੀਆਂ ਹੁੰਦੀਆਂ, ਚੂਹਾਂ ਨੇ ਉਂਗਲਾਂ ਖਾਧੀਆਂ ਹੁੰਦੀਆਂ, ਪਿਸ਼ਾਬ ਵਾਲੇ ਅੰਗ ਖਾਧੇ ਹੁੰਦੇ, ਇਹ ਨੋਰਮਲ ਗੱਲਾਂ ਨੇ ਜੀ, ਪਿਸ਼ਾਬ ਵਾਲੇ ਅੰਗ ਚੂਹਿਆਂ ਨੇ ਖਾਏ ਹੁੰਦੇ ਆ, ਕੀੜੀਆਂ ਨੇ ਲੱਤਾਂ ਖਾਈਆਂ ਹੁੰਦੀਆਂ, ਇੱਦਾਂ ਦੇ ਬਹੁਤ ਹਾਲਾਤ ਦੇ ਵਿੱਚ ਪੇਸ਼ੈਂਟਸ ਆਉਂਦੇ ਨੇ। ਸਰੀਰਕ ਅਵਸਥਾ ਇਹ ਹੁੰਦੀ ਹੈ, ਹੱਥ ਪੈਰ ਟੇਢੇ ਹੋਏ ਹੁੰਦੇ, ਸਾਲੋ ਸਾਲ ਪਏ ਹੁੰਦੇ ਆ ਤਾਂ ਪੈਰ ਗਿਰ ਜਾਂਦੇ ਆ, ਟੇਢੇ ਹੋ ਜਾਂਦੇ ਨੇ ਉਹ। ਔਰ ਜੇ ਮਾਨਸਿਕ ਅਵਸਥਾ ਦੀ ਗੱਲ ਕਰੀਏ ਤਾਂ ਹਿਊਜ ਡਿਪਰੈਸ਼ਨ, ਜੇ ਤੁਸੀਂ ਮਿਲੋਗੇ ਬਾਕੀ ਪੇਸ਼ੈਂਟਸ ਨੂੰ ਤਾਂ ਹਰ ਪੇਸ਼ੈਂਟ ਨੇ 2-2, 3-3, 4-4 ਵਾਰ ਸੁਸਾਈਡ ਕਰਨ ਦੀ ਟਰਾਈ ਕੀਤੀ ਹੋਈ ਹੈ, ਬਟ ਸੁਸਾਈਡ ਕਰਨ ਕਿਵੇਂ, ਬਿਜਲੀ ਦਾ ਸਵਿੱਚ ਹੁੰਦਾ ਨੇੜੇ, ਉਹ ਚ ਉਂਗਲ ਪਾਉਂਦੇ ਆ, ਉਹਦਾ ਝਟਕਾ ਮਾਰ ਕੇ ਫਿਰ ਬਾਹਰ, ਹੈ ਨਾ, ਮਰਨਾ ਪੋਸੀਬਲ ਨਹੀਂ ਹੈ। ਸੁਸਾਈਡ ਲਈ ਕਿਆ ਕਰਦੇ ਆ, ਚੂਹੇ ਮਾਰ ਦੀ ਦਵਾਈਆਂ ਖਾਧੀਆਂ ਹੋਈਆਂ ਕਈਆਂ ਨੇ, ਨਹੀਂ ਮਰੇ, ਉਲਟੀਆਂ ਉਲਟੀਆਂ ਲੱਗ ਕੇ ਫਿਰ ਠੀਕ ਹੋ ਜਾਂਦੇ ਆ, ਸੁਸਾਈਡ ਤਾਂ ਸਭ ਨੇ ਕੀਤੀ ਹੋਈ ਹੈ ਕਿੰਨੀ ਕਿੰਨੀ ਵਾਰ, ਇਹ ਮਾਨਸਿਕ ਅਵਸਥਾ ਹੁੰਦੀ ਹੈ, ਇੰਨੇ ਭਿਆਨਕ। ਘਰ ਦੇ ਜੀਆਂ ਦੀ ਕੀ ਸਥਿਤੀ ਹੁੰਦੀ ਹੈ, ਕਿਉਂਕਿ ਆਪਣੇ ਜੀਆਂ ਨੂੰ ਇਸ ਸਥਿਤੀ 'ਚ ਦੇਖਣਾ ਬਹੁਤ ਔਖਾ ਹੁੰਦਾ ਹੈ? ਇਸ ਦੇ ਵਿੱਚ ਨਾ ਸੱਟ ਦੇ ਵਿੱਚ ਸਮਾਜ ਸਾਥ ਛੱਡ ਦੇਗਾ ਔਰ ਆਪਣੇ ਵੀ ਸਾਥ ਛੱਡ ਦੇਣਗੇ, ਇਹ ਪ੍ਰੂਵਨ ਫੈਕਟ ਹੈ। ਕਿਸੇ ਵੀ ਕੰਡੀਸ਼ਨ ਦੇ ਵਿੱਚ ਤੁਹਾਡਾ ਲਾਈਫ ਪਾਰਟਨਰ ਨਾਲ ਨਹੀਂ ਰਹੇਗਾ, ਇਹ ਗਲੋਬਲੀ ਪ੍ਰੂਵਨ ਫੈਕਟ ਹੈ। ਸਪਾਈਨਲ ਕੋਰਡ ਇੰਜਰੀ, ਸਕੀਜ਼ੋਫਰੇਨੀਆ ਸਾਈਕੈਟ੍ਰਿਕ ਬਿਮਾਰੀ ਹੈ ਔਰ ਨਿਊਰੋ ਇਸ਼ੂਸ ਦਿਮਾਗੀ, ਇਸ ਤਿੰਨੋਂ ਇਸ਼ੂਸ ਦੇ ਵਿੱਚ ਤੁਹਾਡਾ ਲਾਈਫ ਪਾਰਟਨਰ ਨਾਲ ਨਹੀਂ ਰਹੇਗਾ, ਸਮਾਜ ਸਾਥ ਛੱਡ ਦੇਗਾ, ਆਪਣੇ ਵੀ ਨਹੀਂ ਸਾਥ ਦੇਣਗੇ, ਇਹ ਜਸਟ ਮੈਟਰ ਆਫ ਟਾਈਮ ਹੈ ਕਿ ਉਹ 2 ਸਾਲ 'ਚ ਛੱਡਣਗੇ ਕਿ 5 ਸਾਲ 'ਚ ਛੱਡਣਗੇ ਕਿ 10 ਸਾਲ 'ਚ ਛੱਡਣਗੇ, ਛੱਡਣਗੇ ਜ਼ਰੂਰ। ਜਿਵੇਂ ਤੁਸੀਂ ਕਿਹਾ ਕਿ ਹਜੇ ਤੱਕ ਇਸਦਾ ਇਲਾਜ ਨਹੀਂ ਸੰਭਵ,
ਤੁਹਾਡੇ ਕੋਲ ਜਿਹੜੇ ਪੇਸ਼ੈਂਟ ਆਉਂਦੇ ਆ, ਫਿਰ ਉਹਨਾਂ ਦੀ ਦੇਖਭਾਲ, ਉਹਨਾਂ ਨੂੰ ਖਾਣਾ ਪੀਣਾ ਕੌਣ ਕਰਦਾ ਹੈ ਸਾਰਾ ਕੁਛ? ਕੀ ਉਹਨਾਂ ਦੇ ਘਰ ਦੇ ਜੀ ਨਾਲ ਆ ਕੇ ਰਹਿੰਦੇ ਆ ਜਾਂ ਤੁਹਾਡੇ ਵੱਲੋਂ ਹੀ ਕੀਤਾ ਜਾ ਰਿਹਾ ਹੈ? 50% ਪੇਸ਼ੈਂਟਸ ਦੇ ਨਾਲ ਉਹਨਾਂ ਦਾ ਕੋਈ ਨਾ ਕੋਈ ਅਟੈਂਡੈਂਟ ਹੈਗਾ। ਅੱਛਾ, ਬਹੁਤਿਆਂ ਦੇ ਨਾਲ ਨਹੀਂ ਹੈਗਾ, ਛੱਡਤਾ ਲੋਕਾਂ ਨੇ। ਜੇ ਆਪਾਂ ਕਹੀਏ ਕਿ ਜ਼ਿੰਦਗੀ ਰੁਕ ਜਾਂਦੀ ਹੈ ਔਰ ਉਹ ਬਿਲਕੁਲ ਹੀ ਖਤਮ ਹੋ ਗਏ, ਇੱਦਾਂ ਨਹੀਂ ਹੈਗਾ। ਆਪਾਂ ਜਿਵੇਂ ਗੱਲ ਕਰ ਰਹੇ ਸੀਗੇ, ਮਾਇਨੇ ਬਦਲ ਜਾਂਦੇ ਆ ਨਾ, ਇਹ ਵੀ ਸਾਰੇ ਆਪਣੇ ਮੋਟਿਵ ਉਹੀ ਅਚੀਵ ਕਰਦੇ ਆ, ਮਾਇਨੇ ਬਦਲ ਜਾਂਦੇ ਆ। ਵੀਲਚੇਅਰ ਦੇ ਥਰੂ ਕਰਦੇ ਆ, ਇਹ ਕਾਰ ਵੀ ਚਲਾਉਂਦੇ, ਟਰੱਕ ਵੀ ਚਲਾਉਂਦੇ ਆ, ਪਲੇਨ ਵੀ ਚਲਾਉਂਦੇ ਆ, ਠੀਕ ਹੈ ਜੀ, ਸਾਰਾ ਕੰਮ ਕਰਦੇ ਆ, ਇੰਪਲੋਇਮੈਂਟ ਕਰਦੇ ਆ, ਬਿਜ਼ਨਸ ਕਰ ਸਕਦੇ ਆ, ਸਭ ਕੁਛ ਕਰ ਰਹੇ ਨੇ ਇਹ। ਇਹਦੇ ਇੱਕ ਪ੍ਰੋਸੀਜਰਸ ਹੈ, ਰੀਹੈਬਿਲੀਟੇਸ਼ਨ ਕੋਰਸਿਸ ਨੇ, ਜਿਵੇਂ ਕਿ ਅੰਨਾ ਬੰਦਾ ਵੀ ਪੜ੍ਹ ਲੈਂਦਾ ਹੈ ਨਾ। ਕੇਰਲਾ ਵਿੱਚ ਇੱਕ ਲੜਕੀ, ਉਹਨੇ ਡਿਪਟੀ ਕਮਿਸ਼ਨਰ ਜੁਆਇਨ ਕੀਤਾ, ਉਹਨੂੰ UPSC ਕਲੀਅਰ ਕੀਤੀ ਹੈ, ਉਹ ਅੰਨੀ ਹੈ, ਬ੍ਰੇਲ ਲਿਪੀ ਥਰੂ ਪੜ੍ਹੀ ਨਾ। ਪੜ੍ਹਨਾ ਤਾਂ ਅਸੀਂ ਨੋਰਮਲ ਦੇਖ ਕੇ ਪੜ੍ਹਦੇ ਹਾਂ ਅੱਖਾਂ ਨਾਲ, ਉਹਨੇ ਬ੍ਰੇਲ ਦੇ ਥਰੂ ਪੜ੍ਹਿਆ, ਪੜ੍ਹੀ ਤਾਂ ਬਸ ਮਾਇਨੇ ਬਦਲ ਗਏ। ਉਸੇ ਤਰੀਕੇ ਨਾਲ ਇਸ 'ਚ ਸਭ ਕੁਛ ਪੋਸੀਬਲ ਹੈ। ਤੁਸੀਂ ਮੰਨੋਗੇ, ਜਦ ਇਹੀ ਸੱਟ ਵੈਸਟਰਨ ਵਰਲਡ ਦੇ ਵਿੱਚ ਕਿਸੇ ਕੰਟਰੀ ਦੇ ਵਿੱਚ ਲੱਗਦੀ ਹੈ, ਪੇਸ਼ੈਂਟ ਅਮੀਰ ਹੋ ਜਾਂਦਾ ਹੈ। ਹਾਂ, ਗਵਰਨਮੈਂਟ ਇੰਨੀ ਫੈਸਿਲਿਟੀਆਂ ਦਿੰਦੀ ਹੈ ਉਹਨੂੰ, ਉਹਨੂੰ ਐਨੂਅਲ ਇੱਕ ਵੀਲਚੇਅਰ ਦਿੱਤੀ ਜਾਏਗੀ, ਉਹਦੀ ਕਾਰ ਦੀ ਇੰਸ਼ੋਰੈਂਸ ਫ੍ਰੀ ਹੋਏਗੀ, ਉਹਦੀ ਬੱਚਿਆਂ ਦੀ ਐਜੂਕੇਸ਼ਨ ਫ੍ਰੀ ਹੋਏਗੀ, ਉਹਨੂੰ ਘਰ ਦਿੱਤਾ ਜਾਏਗਾ। ਕਿਉਂ? ਕਿਉਂਕਿ ਰੈਗੂਲਰ ਹੈਂਡੀਕੈਪ ਕੈਟੇਗਰੀ ਦੇ ਵਿੱਚ ਨਹੀਂ ਪਾਇਆ ਹੋਇਆ, ਬਟ ਇਨ ਇੰਡੀਆ ਇਹਨੂੰ ਰੈਗੂਲਰ ਹੈਂਡੀਕੈਪ ਕੈਟੇਗਰੀ ਦੇ ਵਿੱਚ ਪਾਇਆ ਹੋਇਆ। ਇਸਦੇ ਲਈ ਕੋਈ ਅਲੱਗ ਤੋਂ ਫੈਸਿਲਿਟੀ ਕ੍ਰੀਏਟ ਨਹੀਂ ਹੈ, ਜਿੱਥੇ ਕਿ ਇਹ ਨੰਬਰ 1 ਡਿਸੇਬਿਲਿਟੀ ਐਡਰੈਸ ਕੀਤਾ ਹੋਇਆ ਯੂਨਾਈਟਿਡ ਨੇਸ਼ਨ ਨੇ। ਸੱਤ ਪ੍ਰਕਾਰ ਦੀ ਡਿਸੇਬਿਲਿਟੀ ਨਾਲ ਮਿਲ ਕੇ ਬਣਦੀ ਹੈ ਸਪਾਈਨਲ ਕੋਰਡ ਇੰਜਰੀ, ਬਟ ਇਹਦੇ ਬਾਰੇ ਇੰਡੀਆ 'ਚ ਪਤਾ ਹੀ ਕਿਸੇ ਨੂੰ ਨਹੀਂ। ਕੈਂਸਰ ਦਾ ਨਾਮ, ਕਿਡਨੀ ਦਾ ਨਾਮ, ਹੋਰ ਇਹੋ ਜਿਹੀ ਬਿਮਾਰੀਆਂ ਬਾਰੇ ਸੁਣਿਆ ਹੋਇਆ, ਬਟ ਸਪਾਈਨਲ ਕੋਰਡ ਇੰਜਰੀ ਇਸ ਟਰਮ ਦੇ ਲੋਕ ਰੂਬਰੂ ਨਹੀਂ ਹੈਗੇ, ਪਤਾ ਹੀ ਨਹੀਂ ਕਿਸੇ ਨੂੰ। ਸਰ, ਜਿਵੇਂ ਕਿ ਅਸੀਂ ਦੇਖ ਰਹੇ ਸੀਗੇ ਕਿ ਸਰੀਰਕ ਤੌਰ ਤੇ ਤੁਸੀਂ ਇਹਨਾਂ ਪੇਸ਼ੈਂਟਸ ਨੂੰ ਠੀਕ ਕਰਨ ਦੇ ਲਈ ਬਹੁਤ ਕੁਝ ਕਰਦੇ ਹੋ, ਮੈਡੀਸਿਨਸ ਦਿੰਦੇ ਹੋ, ਟਾਈਮ ਸਿਰ ਖਾਣਾ ਦਿੰਦੇ ਹੋ, ਗੱਲ ਮੈਂ ਕਰੂੰਗੀ ਮੈਂਟਲ ਹੈਲਥ ਦੀ, ਕਿਉਂਕਿ ਤੁਸੀਂ ਕਿਹਾ ਹੈ ਕਿ ਮੈਕਸੀਮਮ ਪੇਸ਼ੈਂਟਸ ਨੇ ਸੁਸਾਈਡ ਟਰਾਈ ਕੀਤਾ ਹੋਇਆ ਹੈ। ਮਾਨਸਿਕ ਤੌਰ ਤੇ ਉਹਨਾਂ ਨੂੰ ਸਵਸਥ ਕਿਵੇਂ ਤੁਸੀਂ ਬਣਾਉਂਦੇ ਹੋ, ਕਿਉਂਕਿ ਕਹਿੰਦੇ ਨੇ ਕਿ ਇਨਸਾਨ ਉਹ ਵੀ ਠੀਕ ਹੋ ਸਕਦਾ ਜਿਹਦੇ ਅੰਦਰ ਵਿਲ ਪਾਵਰ ਹੁੰਦੀ ਹੈ ਕਿ ਮੈਂ ਠੀਕ ਹੋਣਾ ਹੈ, ਤੇ ਤੁਸੀਂ ਇਹਨਾਂ ਸਾਰਿਆਂ ਦੇ ਵਿੱਚ ਜ਼ਿੰਦਗੀ ਜੀਣ ਦਾ ਜਜ਼ਬਾ ਕਿਵੇਂ ਪੈਦਾ ਕਰਦੇ ਹੋ? ਦੇਖੋ ਮੈਮ, ਇਨਸਾਨ ਨਾ ਇੱਕ ਸਮਾਜਿਕ ਜੀਵ ਹੈ, ਹੈਨਾ, ਉਹਨੂੰ ਸਮਾਜ ਦੀ ਲੋੜ ਪੈਂਦੀ ਹੈ। ਜੇ ਉਹ ਆਈਸੋਲੇਸ਼ਨ 'ਚ ਰਹੇਗਾ, ਡਿਪਰੈਸ਼ਨ 'ਚ ਚੱਲ ਜਾਏਗਾ, ਹੈਨਾ। ਇਹਨਾਂ ਨੂੰ ਸਾਲੋਂ ਸਾਲ ਕਮਰੇ 'ਚ ਬੰਦ ਰਹਿੰਦੇ ਹੋਏ ਸਮਾਜ ਨੇ ਵਿਚਾਰਾਂ ਦਾ ਆਦਾਨ ਪ੍ਰਦਾਨ ਨਹੀਂ ਕੀਤਾ, ਕਿਸੇ ਨੇ ਗੱਲ ਨਹੀਂ ਕੀਤੀ, ਕਿਸੇ ਨੇ ਇਨਸਾਨ ਨਹੀਂ ਸਮਝਿਆ, ਹੈਨਾ, ਹਾਏ ਹਾਏ ਮਰ ਜਾਂਦਾ ਚੰਗਾ ਸੀਗਾ, ਇੰਨੀ ਬੁਰੀ ਅਵਸਥਾ, ਵਿਚਾਰਾ ਬਣਾ ਦਿੰਦੇ ਆ, ਇਹ ਤਰਸ ਜਾਂਦੇ ਆ ਕੋਈ ਸਾਨੂੰ ਵੀ ਇਨਸਾਨ ਸਮਝੇ, ਸਾਡੇ ਨਾਲ ਪਿਆਰ ਨਾਲ ਗੱਲ ਕਰੇ, ਹੈਨਾ, ਹੈਨਾ, ਸਾਲੋਂ ਸਾਲ ਕਿਸੇ ਨੇ ਕੀਤੀ ਨਹੀਂ ਹੈਗੀ। ਬਟ ਜੇ ਇੱਥੇ ਆਉਂਦੇ ਆ ਇਹ ਤਾਂ ਸੇਮ ਲੈਵਲ 'ਚ ਸੇਮ ਹੁੰਦੇ ਸਾਰੇ, ਅੱਛਾ ਮੇਰੇ ਵਰਗੇ ਹੋਰ ਵੀ ਹੈਗੇ ਆ, ਪਹਿਲਾਂ ਪਤਾ ਹੀ ਨਹੀਂ ਹੁੰਦਾ, ਅੱਛਾ ਮੇਰੇ ਵਰਗੇ ਹੋਰ ਵੀ ਹੈਗੇ ਆ, ਅੱਛਾ ਠੀਕ ਵੀ ਹੋ ਜਾਂਦੇ ਆ, ਸਕੂਟਰ ਵੀ ਚਲਾ ਲੈਂਦੇ ਆ, ਵਿਆਹ ਵੀ ਅਟੈਂਡ ਕਰ ਸਕਦੇ ਆ, ਮਾਰਕੀਟ ਵੀ ਜਾ ਸਕਦੇ ਆ, ਕਿਉਂਕਿ ਮਾਰਕੀਟ ਗਏ ਹੋਏ ਸਮਾਜ 'ਚ ਘੁੰਮੇ ਵਿਚਰੇ ਹੋਏ 5-5 ਸਾਲ 10-10 ਸਾਲ ਹੋ ਗਏ, ਸਮਾਜ ਨੂੰ ਫੇਸ ਹੀ ਨਹੀਂ ਕੀਤਾ, ਉਹ ਕੌਨਫੀਡੈਂਸ ਤਾਂ ਖਤਮ ਹੀ ਹੋ ਚੁੱਕਿਆ ਨਾ। ਇੱਥੇ ਆ ਕੇ ਉਹ ਕੌਨਫੀਡੈਂਸ ਰੀਗੇਨ ਕਰਦੇ ਆ, ਅੱਛਾ ਮੈਂ ਭਾਂਡੇ ਵੀ ਧੋ ਸਕਦਾ, ਮੈਂ ਝਾੜੂ ਵੀ ਮਾਰ ਸਕਦਾ, ਮੈਂ ਇਹ ਵੀ ਕਰ ਸਕਦਾ, ਮੈਂ ਉਹ ਵੀ ਕਰ ਸਕਦਾ ਜੋ ਪਹਿਲਾਂ ਸਭ ਕੁਛ ਕਰਦੇ ਸੀ, ਮੈਂ ਟ੍ਰੇਨ 'ਤੇ ਵੀ ਜਾ ਸਕਦਾ, ਮੈਂ ਬੱਸ 'ਤੇ ਵੀ ਜਾ ਸਕਦਾ। ਫਿਰ ਦੁਬਾਰਾ ਕੌਨਫੀਡੈਂਸ ਰੀਗੇਨ ਕਰਦੇ ਆ, ਹੈਨਾ। ਫਿਰ ਇਹਨਾਂ ਨੂੰ ਇਹਨਾਂ ਦੇ ਰੀਹੈਬਿਲੀਟੇਸ਼ਨ ਕੋਰਸ 'ਚ ਸਿਖਾਇਆ ਜਾਂਦਾ ਹੈ ਜ਼ੁਬਾਨ ਦਾ ਇਸਤੇਮਾਲ ਕਰਨਾ, ਕਿਉਂਕਿ ਸਾਡਾ ਇਹ ਜੋ 3 ਇੰਚ ਦੀ ਸਾਡੀ ਜ਼ੁਬਾਨ ਹੈ, ਇਹ ਸਭ ਤੋਂ ਪਾਵਰਫੁਲ ਟੂਲ ਹੈ, ਸਾਡੇ ਹੱਥ ਜਾਂ ਪੈਰ ਨਹੀਂ ਹੈਗੇ, ਇਹ ਤਾਂ ਬੜੀ ਬੜੀ ਰਿਆਸਤਾਂ ਗਿਰਾ ਵੀ ਦਿੰਦੀ ਹੈ ਔਰ ਬਣਾ ਵੀ ਦਿੰਦੀ ਹੈ। ਸੋ ਇਹਨਾਂ ਨੂੰ ਉਸ ਕੋਰਸ ਦੇ ਵਿੱਚ ਜ਼ੁਬਾਨ ਦਾ ਇਸਤੇਮਾਲ ਕਰਨਾ ਸਿਖਾਇਆ ਜਾਂਦਾ ਹੈ,
ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਦੱਸਦਾ। ਸਾਡੇ ਕੋਲ 2019 ਦੇ ਵਿੱਚ ਸ਼ਾਹਰੁਖ ਆਇਆ ਸੀ ਯੂਪੀ ਤੋਂ, ਸੀ ਲੈਵਲ ਦਾ ਪੇਸ਼ੈਂਟ ਆ, ਸਿਰਫ ਹਥੇਲੀਆਂ 'ਚ ਜਾਣਾ, ਉਂਗਲਾਂ ਇੰਨੀ ਕੁ ਮੁੜਦੀ ਹੈ ਬਸ, ਪੂਰੀ ਬਾਡੀ 'ਚ ਗਰਦਨ ਤੋਂ ਥੱਲੇ ਸਿਰਫ ਇੰਨੀ ਕੁ ਵੀਲਚੇਅਰ ਚਲਾ ਲੈਂਦਾ ਬਸ ਹਥੇਲੀਆਂ ਨਾਲ। ਪਤਾ ਤੁਹਾਨੂੰ ਪਿਛਲੇ ਸਾਲ ਉਹਨੇ ਐਮਸੀ ਦਾ ਚੁਣਾਵ ਲੜਿਆ ਔਰ ਇੰਡੀਆ ਦਾ ਪਹਿਲਾ ਪੇਸ਼ੈਂਟ ਹੈ ਜਿਹੜਾ ਐਮਸੀ ਬਣ ਗਿਆ, ਮਿਊਨਸੀਪਲ ਕਮਿਸ਼ਨਰ ਬਣ ਗਿਆ। ਔਰ ਮੈਨੂੰ ਪਿਛਲੇ ਮਹੀਨੇ ਫੋਨ ਆਇਆ, ਉਹਦਾ ਵਿਆਹ ਵੀ, ਉਹਨੇ ਸ਼ਾਦੀ ਕਰ ਲਈ ਹੈ। ਕਿੱਥੇ ਉਹ 6 ਸਾਲ ਕਮਰੇ 'ਚ ਬੰਦ ਸੀ ਮਲ ਮੂਤਰ ਦੇ ਵਿੱਚ, ਅੱਜ ਉਹ ਐਮਸੀ ਬਣ ਗਿਆ, ਵਿਆਹ ਕਰ ਲਿਆ, ਹਨਾ, ਦੁਬਾਰਾ ਉਹ ਸਭ ਕੁਝ ਰੀਗੇਨ ਕਰਨਾ। ਟ੍ਰੇਨ 'ਚ ਜਾਂਦਾ, ਆਲ ਓਵਰ ਇੰਡੀਆ ਘੁੰਮਦਾ, ਕਿਵੇਂ ਘੁੰਮਦਾ, ਜ਼ੁਬਾਨ ਦੇ ਇਸਤੇਮਾਲ ਤੇ, ਹਨਾ, ਪਿਆਰ ਨਾਲ ਬੋਲਦਾ, ਸਹੀ ਤਰੀਕੇ ਨਾਲ ਬੋਲਦਾ ਕਿ ਮੈਨੂੰ ਵੀਲਚੇਅਰ ਚੜਾਣੀ ਹੈ, ਟ੍ਰੇਨ ਦੇ ਵਿੱਚ ਰੱਖਣੀ ਹੈ, ਪਿਆਰ ਨਾਲ ਬੋਲੇਗਾ। ਇੱਕ ਦੀ ਜਗ੍ਹਾ 4 ਬੰਦੇ ਮਦਦ ਕਰਨ ਆਉਂਦੇ ਆ, ਉਸ ਚੀਜ਼ ਦੀ ਟ੍ਰੇਨਿੰਗ ਹੈ, ਹਨਾ। ਹਾਂ, ਸੋ ਇਸ ਤਰੀਕੇ ਨਾਲ ਪੂਰਾ ਕੋਰਸ ਹੈ ਜ਼ਿੰਦਗੀ ਦੇ ਵਿੱਚ। ਵਾਪਸੀ ਨਹੀਂ, ਬਹੁਤ ਹੀ ਸ਼ਾਨਦਾਰ ਵਾਪਸੀ ਹੁੰਦੀ ਹੈ ਜੀ। ਤਾਂ ਦੋਸਤੋ, ਏਸੀ ਸਵਰਨ ਸਿੰਘ ਜਿਹੜੇ ਕਿ ਵਾਕਈ ਹੀ ਜ਼ਿੰਦਾ ਦਿਲੀ ਦੀ ਵੀ ਮਿਸਾਲ ਨੇ, ਕਿਉਂਕਿ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੇ ਰੰਗ ਭਰਨਾ ਇਹ ਬਹੁਤ ਵੱਡਾ ਕੰਮ ਹੈ, ਤੇ ਨੇਕ ਕੰਮ ਇਹ ਕਰ ਹੀ ਰਹੇ ਨੇ, ਇਨਸਾਨੀਅਤ ਦੀ ਮਿਸਾਲ ਨੇ। ਹੁਣ ਅਸੀਂ ਚਾਹਾਂਗੇ ਕਿ ਸਰ ਸਾਨੂੰ ਆਪਣੇ ਪੇਸ਼ੈਂਟਸ ਦੇ ਨਾਲ ਵੀ ਮਿਲਾਉਣ, ਤਾਂ ਕਿ ਅਸੀਂ ਦੇਖ ਸਕੀਏ ਕਿ ਵਾਕਈ ਹੀ ਲੋਕ ਜਿਹੜੇ ਆ ਉਹ ਕਿਵੇਂ ਜ਼ਿੰਦਗੀ ਜੀਣ ਦੇ ਲਈ ਨਾ ਕੋਸ਼ਿਸ਼ ਕਰ ਰਹੇ ਨੇ, ਤੇ ਅਸੀਂ ਬਹੁਤ ਸਾਰੇ ਲੋਕ ਜੋ ਬਿਲਕੁਲ ਸਹੀ ਆ, ਸਵਸਥ ਆ, ਜਿਨ੍ਹਾਂ ਕੋਲ ਸਾਰਾ ਕੁਛ ਆ, ਹਮੇਸ਼ਾ ਸ਼ਿਕਾਇਤ ਕਰਦੇ ਰਹਿੰਦੇ ਆ, ਤੇ ਅਸੀਂ ਚਾਹਾਂਗੇ ਕਿ ਉਹਨਾਂ ਨੂੰ ਵੀ ਮਿਲੀਏ ਤੇ ਕੁਛ ਲੈਸਨਸ ਅਸੀਂ ਵੀ ਸਿੱਖ ਕੇ ਜਾਈਏ ਕਿ ਜ਼ਿੰਦਗੀ ਜਿਹੜੀ ਹੈ ਉਹ ਜ਼ਿੰਦਾ ਦਿਲੀ ਦੇ ਨਾਲ ਜੀ ਜਾ ਸਕਦੀ ਹੈ। ਸਰ, ਜਾਂਦੇ ਜਾਂਦੇ ਕੋਈ ਸੁਨੇਹਾ ਜੇਕਰ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਦੇ ਸਕਦੇ। ਤੁਸੀਂ ਗੱਲ ਕਰ ਰਹੇ ਸੀ, ਮੈਨੂੰ ਯਾਦ ਆ ਗਿਆ, ਜਦ ਮੇਰੇ ਮੰਮੀ ਦੀ ਇੰਜਰੀ ਹੋਈ ਨਾ, ਮੈਂ ਮੰਮੀ ਦੇ ਲਈ 5,000 ਰੁਪਏ ਬੜੇ ਕੋਸਟ ਜੁੱਤੇ ਲੈ ਕੇ ਆਇਆ ਸਨ, 2011 ਦੀ ਗੱਲ ਹੈ। ਮੰਮੀ ਦੇ ਹੁਣ ਪੈਰ ਚੱਲਣੇ ਬੰਦ ਹੋ ਗਏ, ਉਹ ਜੁੱਤੇ ਉਦਾਂ ਹੀ ਪਏ ਨੇ, ਹਨਾ। ਸਾਡੇ ਲਿਮਸ, ਸਾਡੇ ਹੱਥ ਪੈਰ ਚੱਲਦੇ ਨੇ, ਸਾਡੇ ਔਰਗਨ ਠੀਕ ਨੇ, ਇਸ ਤੋਂ ਵੱਡੀ ਕੋਈ ਦੌਲਤ ਨਹੀਂ ਹੈ ਜੀ। ਇਹ ਸੋਨਾ, ਆਈਫੋਨ, ਫਲੈਸ਼ੀ ਕਾਰਸ, ਇਹ ਸਭ ਕੁਛ ਸੈਕੰਡਰੀ ਹੈ। ਤੁਹਾਡਾ ਸਰੀਰ ਠੀਕ ਹੈ, ਔਰਗਨ ਠੀਕ ਨੇ, ਹੱਥ ਪੈਰ ਚੱਲਦੇ ਆ, ਇਸ ਤੋਂ ਵੱਡੀ ਕੋਈ ਦੌਲਤ ਨਹੀਂ ਹੈ। ਪਰਮਾਤਮਾ ਦਾ ਨਾਮ ਜਪੀ ਔਰ ਸ਼ੁਕਰਾਨਾ ਕਰੀਏ ਜੀ। ਦੋਸਤੋ, ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਡਾ ਇੱਕ ਨਾ ਵਧੀਆ ਸਾਥ ਹੋਣਾ ਚਾਹੀਦਾ ਹੈ। ਪਰਿਵਾਰ ਦੇ ਜੀ ਜੇਕਰ ਸਾਥ ਦੇਣਗੇ, ਜੇਕਰ ਅਸੀਂ ਕਿਤੇ ਵੀ ਰਹਿ ਰਹੇ ਹਾਂ, ਅਸੀਂ ਜੇ ਇੱਕ ਦੂਜੇ ਦਾ ਦੁੱਖ ਸੁਣਾਂਗੇ ਤੇ ਉਸਨੂੰ ਵੰਡਾਉਣ ਦੀ ਕੋਸ਼ਿਸ਼ ਕਰਾਂਗੇ, ਤਾਂ ਅੱਧੇ ਦੁੱਖ ਤਾਂ ਇਨਸਾਨ ਦੇ ਐਵੇਂ ਹੀ ਦੂਰ ਹੋ ਜਾਂਦੇ ਆ। ਜਿਵੇਂ ਸਰ ਨੇ ਦੱਸਿਆ ਕਿ ਬਹੁਤੇ ਲੋਕ ਇਸ ਕਰਕੇ ਹੀ ਸੁਸਾਈਡ ਕਰਦੇ ਆ ਜਾਂ ਜ਼ਿਆਦਾ ਦੁਖੀ ਹੁੰਦੇ ਆ, ਕਿਉਂ? ਕਿਉਂਕਿ ਉਹ ਕਿਸੇ ਦੇ ਨਾਲ ਗੱਲ ਨਹੀਂ ਕਰਦੇ, ਕੋਈ ਉਹਨਾਂ ਦੇ ਨਾਲ ਗੱਲ ਨਹੀਂ ਕਰਦਾ, ਉਹਨਾਂ ਨੂੰ ਇਕੱਲੇ ਛੱਡ ਦਿੱਤਾ ਜਾਂਦਾ ਹੈ, ਤੇ ਇਕੱਲਾਪਨ ਸਭ ਤੋਂ ਵੱਡੀ ਬਿਮਾਰੀ ਹੈ। ਤੁਸੀਂ ਦੇਖੋ, ਬੱਚੇ ਦੇ 10ਵੀਂ ਚ ਐਗਜ਼ਾਮ ਨੰਬਰ ਘੱਟ ਆ ਕੇ ਸੁਸਾਈਡ ਕਰ ਲਈ, ਹਾਂ, ਕੋਈ ਮਤਲਬ ਹੈ? ਪਰਮਾਤਮਾ ਨੇ ਵਧੀਆ ਸਰੀਰ ਬਖਸ਼ਿਆ, ਜ਼ਿੰਦਗੀ ਹੈ ਨਾ, ਚੰਗੇ ਘਰ ਪੈਦਾ ਕੀਤਾ, 4 ਪੈਸੇ ਹੈਗੇ, ਆਨੰਦ ਮਾਣੀ ਆਪਾਂ ਨਾ ਜੀ। ਇੱਦਾਂ ਦੇ ਪੇਸ਼ੈਂਟਸ, ਸੌਰੀ ਮੈਂ ਗਲਤ ਬੋਲ ਗਿਆ, ਇੱਦਾਂ ਦੇ ਪੇਰੈਂਟਸ ਬਹੁਤ ਸਾਰੇ ਆਉਂਦੇ ਆ ਸਾਡੇ ਕੋਲ, ਜਦ ਉਹਨਾਂ ਦੇ ਬੱਚੇ 5-5, 10-10 ਹਜ਼ਾਰ ਦੇ ਨਾਇਕੀ ਦੇ ਜੁੱਤੇ ਮੰਗਦੇ ਨਾ, ਸਾਡੇ ਕੋਲ ਲੈ ਕੇ ਆਉਂਦੇ ਆ ਕਿ ਹਾਂ ਆਓ ਦੇਖੋ ਜਰਾ ਸੇਵਾ ਕਰੋ, ਤੁਸੀਂ ਕਿੰਨੇ ਖੁਸ਼ਕਿਸਮਤ ਹੋ, ਤੁਹਾਨੂੰ ਪਤਾ ਚੱਲੇ ਇਸ ਚੀਜ਼ ਦੀ ਵੈਲਿਊ ਹੋਵੇ ਤੁਹਾਨੂੰ, ਤੁਹਾਡੇ ਕੋਲ ਜੇ ਰਿਸੋਰਸਿਸ ਨੇ ਨਾ, ਇਸ ਆਨੰਦ ਮਾਣੋ ਉਹਦਾ, ਲੇਕਿਨ ਉਹਦੀ ਵੈਲਿਊ ਕਰੋ, ਵੈਲਿਊ ਕਰੋ, ਬਿਲਕੁਲ ਸਹੀ ਗੱਲ ਹੈ। ਤੇ ਸਰ, ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਸਾਰੇ ਜਾਣੇ ਨਾ ਸ਼ਿਕਾਇਤ ਹੀ ਕਰਦੇ ਰਹਿੰਦੇ ਹਾਂ, ਸਾਡੇ ਕੋਲ ਸਾਰਾ ਕੁਛ ਹੈ, ਵਧੀਆ ਸਿਹਤ ਵੀ ਹੁੰਦੀ ਹੈ, ਪਰਮਾਤਮਾ ਨੇ ਚੰਗਾ ਖਾਣ ਨੂੰ ਦਿੱਤਾ ਹੁੰਦਾ, ਕੱਪੜਾ ਦਿੱਤਾ ਹੁੰਦਾ, ਪਰ ਫਿਰ ਵੀ ਨਾ ਇੱਕ ਸ਼ਿਕਾਇਤ ਹੁੰਦੀ ਕਿ ਫਲਾਣੇ ਕੋਲ ਤਾਂ ਇਹ ਆ, ਮੇਰੇ ਕੋਲ ਇਹ ਨਹੀਂ ਹੈਗਾ। ਜਿਹੜਾ ਸਬਰ ਆ ਨਾ, ਉਹ ਕਿਤੇ ਨਾ ਕਿਤੇ ਸਾਡੇ ਵਿੱਚ ਘੱਟ ਰਿਹਾ ਹੈ। ਤੇ ਤੁਸੀਂ ਸਕੂਨ ਦੀ ਗੱਲ ਕੀਤੀ ਸੀ ਕਿ ਜੋ ਖੁਸ਼ੀਆਂ ਤੁਹਾਨੂੰ ਉਸ ਜ਼ਿੰਦਗੀ 'ਚ ਨਹੀਂ ਮਿਲੀਆਂ ਜਦੋਂ ਤੁਹਾਡੇ ਕੋਲ ਸਭ ਕੁਛ ਸੀ, ਹੁਣ ਤੁਸੀਂ ਬਹੁਤ ਸਕੂਨ ਦੇ ਨਾਲ ਜ਼ਿੰਦਗੀ ਜੀ ਰਹੇ ਹੋ। ਰੀਸੈਂਟਲੀ ਕੁਛ ਇਦਾਂ ਦਾ ਹੋਇਆ ਕਿ ਕਾਫੀ ਜ਼ਿਆਦਾ, ਹੋਰ ਜ਼ਿਆਦਾ, ਕਾਫੀ ਮਲਟੀਪਲ ਜ਼ੀਰੋ ਦੇ ਵਿੱਚ
ਮੈਂ ਕਰਾਂ ਕਿਆ ਉਸ ਪੈਸੇ ਦਾ, ਮੈਨੂੰ ਜ਼ਰੂਰਤ ਹੀ ਨਹੀਂ ਹੈਗੀ, ਲੋੜ ਹੀ ਨਹੀਂ ਪੈਂਦੀ, ਹਨਾ ਜ਼ਰੂਰਤਾਂ ਨਹੀਂ ਹੈਗੀ, ਸੱਚੀ ਨਹੀਂ ਹੈਗੀ ਜੀ। ਇਹ ਮਾਨਸਿਕ ਅਵਸਥਾ ਜ਼ਬਰਦਸਤੀ ਅਚੀਵ ਨਹੀਂ ਕੀਤੀ ਜਾ ਸਕਦੀ, ਇਹ ਤਾਂ ਪਰਮਾਤਮਾ ਦੀ ਬਖਸ਼ ਹੋਵੇ ਤਾਂ ਹੀ ਮਿਲਦੀ ਹੈ ਜੀ। ਜੀ ਬਿਲਕੁਲ। ਤੁਸੀਂ ਜੋ ਰੀਹੈਬਿਲੀਟੇਸ਼ਨ ਜਿਸ ਪ੍ਰੋਸੈਸ ਦੇ ਥਰੂ ਇਹ ਗੁਜ਼ਰ ਰਹੇ ਹੈ ਨਾ, ਇਹ ਜੇ ਬਾਹਰ ਲਿੱਤਾ ਜਾਵੇ ਤਾਂ ਬਹੁਤ ਕੋਸਟਲੀ ਹੈ, ਲੱਖ ਰੁਪਏ ਇੱਕ ਮਹੀਨੇ ਦਾ, ਤੇ ਰੋਟੀ ਰਹਿਣਾ ਖਾਣਾ ਪੀਣਾ ਅਲੱਗ, 1.25 ਲੱਖ 1.5 ਲੱਖ ਰੁਪਏ ਮਹੀਨਾ। ਇੱਥੇ ਇਹ ਫੈਸਿਲਿਟੀ ਸੰਗਤ ਨੇ ਟੋਟਲੀ ਫ੍ਰੀ ਆਫ ਕੋਸਟ ਕ੍ਰੀਏਟ ਕੀਤੀ ਹੋਈ ਹੈ। ਅੱਛਾ। ਤੁਸੀਂ ਦੇਖੋਗੇ ਬਲਦੇਵ ਸੰਗਰੂਰ ਤੋਂ ਬਿਲੋਂਗ ਕਰਦੇ ਸੀਗੇ, 12 ਸਾਲ 3 ਮਹੀਨੇ ਹੋ ਗਏ ਜੀ, 12 ਸਾਲ 3 ਮਹੀਨੇ ਦੀ ਇੰਜਰੀ ਹੈ। ਤਾਂ ਜੀ ਇੱਕ ਗੱਲ ਤੇ ਜ਼ਰੂਰ ਗੌਰ ਕਰਿਓ, ਸਾਡੇ ਹੱਥ ਪੈਰ ਜਿੱਦੇ ਅਸੀਂ ਜੰਮੇ ਹਾਂ ਸਾਨੂੰ ਆਦਤ ਹੈ, ਇਹ ਅਚਾਨਕ ਚੱਲਣੇ ਬੰਦ ਹੋ ਜਾਣ ਨਾ ਮੌਤ ਪੈ ਜਾਂਦੀ ਹੈ, ਇਹ ਇੰਨੀ ਭਿਆਨਕ ਅਵਸਥਾ ਹੈ। ਇੱਥੇ ਆ ਕੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਠੀਕ ਹੋ ਰਹੇ ਹੋ? ਇੱਥੇ ਆ ਕੇ ਠੀਕ ਹੀ ਅਸੀਂ ਉਰੇ ਆ ਕੇ ਹੋਏ ਹਾਂ ਜੀ, ਕਿਉਂਕਿ ਘਰੇ ਤਾਂ 11 ਸਾਲ ਅਸੀਂ ਬੈੱਡ ਤੇ ਸੀਗੇ, ਘਰੇ ਕੋਈ ਕੰਮ ਨਹੀਂ ਸੀਗਾ, ਮੈਂ ਪਿਆ ਰਹਿਣਾ, ਜ਼ਖਮ ਹੋ ਰਹੇ ਸੀ, ਬੈੱਡ ਸੌਰ ਸੀਗੇ, ਕੋਈ ਹੱਸਣ ਰੰਮਣ ਵਾਲਾ ਕੁਛ ਨਹੀਂ ਸੀ ਨਾਲ, ਕਿਉਂਕਿ ਪਰਿਵਾਰ ਤਾਂ ਹੈਗਾ ਸੀ ਪਰ ਉਹਨਾਂ ਲਈ ਟਾਈਮ ਨਹੀਂ ਹੈਗਾ ਸੀ। ਅਸੀਂ ਵੈਸੇ ਐਂ ਬੈੱਡ ਤੇ ਇਕੱਲੇ ਚੁੱਪਚਾਪ ਪਏ ਰਹਿੰਦੇ ਸਾਰਾ ਦਿਨ, ਸਿੱਧੇ ਹੋ ਗਏ ਤਾਂ ਛੱਤ ਦੇਖਣੀ ਹੈ, ਉਲਟੇ ਹੋ ਗਏ ਤਾਂ ਗਲੀ ਦੇਖਣੀ ਹੈ, ਮੈਂ ਇਹੀ ਕੰਮ ਸੀਗਾ। ਜਦੋਂ ਦੇ ਉਰੇ ਆਏ ਬੈੱਡ ਸੌਲ ਠੀਕ ਹੋ ਗਏ ਜੀ, ਤਾਂ ਡਾਕਟਰ ਵੀਰ ਨੇ ਐਕਸਰਸਾਈਜ਼ ਕਰਾਈ ਸਾਡੀ, ਤਾਂ ਐਕਸਰਸਾਈਜ਼ ਨਾਲ ਹੁਣ ਐਕਟੀਵਾ ਸਕੂਟਰੀ ਮੈਂ ਆਪਦੇ ਆਪ ਬਹਿੰਦਾ ਜੀ, ਚਲਾਉਂਦਾ ਵੀ ਹਾਂ, ਵੀਲਚੇਅਰ ਵੀ ਚਲਾਉਂਦਾ, ਉੱਪਰ ਵੀ ਚੜ੍ਹਾਉਂਦੇ ਹਾਂ ਜੀ, ਪੂਰੇ ਦੀਦੀਆਂ ਦੀ ਐਕਸਰਸਾਈਜ਼ ਵੀ ਕਰਾਉਂਦੇ ਹਾਂ, ਸੇਵਾ ਵੀ ਕਰਦੇ ਹਾਂ। ਘਰ 'ਚ ਕੈਦ ਕਰਕੇ ਰੱਖਣ ਦਾ ਮਰੀਜ਼ ਨੂੰ ਕੋਈ ਫਾਇਦਾ ਨਹੀਂ, ਇਹ ਨਹੀਂ ਹੈਗਾ ਕਿ ਜੋ ਲੱਤਾਂ ਤੋਂ ਅਪਾਜ ਹੋ ਗਿਆ ਉਹਦੀ ਜ਼ਿੰਦਗੀ ਖਤਮ ਹੋ ਗਈ, ਨਹੀਂ ਜੀ, ਜ਼ਿੰਦਗੀ ਤਾਂ ਬਹੁਤ ਪਈ ਵਾਲੇ, ਜੇ ਗੱਲ ਇੰਨੀ ਕਿ ਉਹ ਸੇਵਾ ਨਹੀਂ ਕਰ ਸਕਦੇ, ਜੇ ਨਹੀਂ ਕਰ ਸਕਦੇ ਉਰੇ ਛੱਡਣੇ ਜੀ, ਉਹਨਾਂ ਨੂੰ ਅਸੀਂ ਆਪ ਦੇਖ ਸਕਦੇ। ਬਲਦੇਵ ਵੀਰੇ ਸੁਸਾਈਡ ਕਰਨ ਦੀ ਕੋਸ਼ਿਸ਼ 3 ਵਾਰੀ ਕਰੀ ਸੀ, ਕਿਹਾ ਸੀ ਕਿਵੇਂ 3 ਵਾਰੀ, ਮੈਂ 2 ਵਾਰੀ ਤਾਂ ਮੈਂ ਨਾਲੀ ਤੋਂ ਮੁੜ ਕੇ ਆਇਆ ਸੀ, 2 ਵਾਰੀ ਮੈਂ ਨਾਲੀ ਤੋਂ ਮੁੜ ਕੇ ਆਇਆ ਸੀ, ਹਰ ਕਿ ਮੈਂ ਕਰੰਟ ਵਾਲੀ ਇੱਕ ਦਿਨ ਮੈਂ ਤਾਰ ਫੜੀ ਸੀਗੀ ਹੱਥ 'ਚ, ਤਾਂ ਜਦੋਂ ਮੈਂ ਤਾਰ ਫੜ ਲਈ ਪਿੱਛੋਂ ਦੇਖਿਆ ਤਾਰ ਟੁੱਟ ਗਈ ਸੀਗੀ, ਤਾਂ ਜਦੋਂ ਤੀਜੀ ਵਾਰ ਮੈਂ ਨਾਲੀ 'ਚ ਗਿਆ ਸੀਗਾ, ਮੈਂ ਭਾਖੜੇ 'ਚ ਗਿਆ, ਸਾਡੇ ਦੇਖਿਆ ਹੁਣ ਤੁਸੀਂ ਖਨੌਰੀ ਬਹੁਤ ਤਕੜਾ ਭਾਖੜਾ ਜੀ, ਉੱਥੇ ਗਿਆ ਸੀ ਕਿ ਜਦ ਕੋਈ ਉੱਥੇ ਕੋਈ ਬੰਦਾ ਨਹੀਂ ਸੀਗਾ ਅੱਗੇ ਵਿੱਚ, ਜਦੋਂ ਮੈਂ ਐਕਟੀਵਾ ਲੈ ਕੇ ਉੱਪਰ ਚੜ੍ਹ ਗਿਆ ਸੀ ਕਿਨਾਰੀ 'ਤੇ, ਤਾਂ ਪਿੱਛੋਂ ਅਚਾਨਕ ਇੱਕ ਬੰਦਾ ਆ ਗਿਆ ਸੀ, ਤਾਂ ਉਹਨੇ ਕਿਹਾ ਸੀ ਕੀ ਕਰਦਾ, ਮੈਂ ਉਸਨੂੰ ਕਿਹਾ ਕਿ ਮੈਂ ਡੁੱਬਣ ਵਾਸਤੇ ਆਇਆ, ਉਹ ਕਹਿੰਦਾ ਨਹੀਂ ਜ਼ਿੰਦਗੀ ਬਹੁਤ ਵੱਡੀ ਹੈ, ਘਰੇ ਵਗ ਜਾ। ਤਾਂ ਮੈਂ ਇਸ ਗੱਲ 'ਤੇ ਹੈਰਾਨ ਹੋ ਗਿਆ ਸੀ ਕਿ ਜਦੋਂ ਕਿ ਮਤਲਬ ਕੋਈ ਬੰਦਾ ਹੀ ਨਹੀਂ ਸੀਗਾ ਉੱਥੇ, ਪਰ ਇਹ ਬੰਦਾ ਕਿੱਧਰੋਂ ਆਇਆ, ਫਿਰ ਮੈਂ ਉਸਦੀ ਗੱਲ ਸੁਣ ਕੇ ਵਾਪਸ ਆ ਗਿਆ। ਮੈਂ ਸਿਰਫ 10-15 ਦਿਨ ਲੰਘੇ, 10-15 ਦਿਨਾਂ ਬਾਅਦੋਂ ਮੈਨੂੰ ਇਹ ਰਸਤਾ ਮਿਲ ਗਿਆ ਸੀ। ਤਾਂ ਫਿਰ ਮੈਂ ਜਦੋਂ ਉਰੇ ਆਇਆ ਜੀ, ਉਰੇ ਆ ਕੇ ਪਹਿਲੇ ਦਿਨ ਅਜੀਬ ਲੱਗਿਆ, 2 ਦਿਨ ਰਿਹਾ, ਤਾਂ ਫਿਰ ਮੇਰੀ ਸਾਰੀ ਸਮਝ 'ਚ ਆ ਗਈ ਉਰੇ ਦੀ ਗੱਲ ਕਿ ਨਹੀਂ, ਮਰੀਜ਼ਾਂ ਦੀ ਜ਼ਿੰਦਗੀ ਉਰੇ ਹੀ ਬਣਦੀ, ਹੋਰ ਕਿਤੇ ਨਹੀਂ ਬਣਦੀ। ਜੇ ਮੇਰੀ ਕਿਸੇ ਐਕਸੀਡੈਂਟ 'ਚ ਲੱਤ ਕੱਟਦੇ ਆ, ਬਾਂਹ ਕੱਟਦੇ, ਮੈਂ ਜ਼ਿੰਦਗੀ ਜਿਵੇਂ ਛੱਡ ਦੂੰਗਾ? ਨਹੀਂ ਨਾ, ਨਕਲੀ ਲਵਾ ਲੂੰਗਾ, ਜ਼ਿੰਦਗੀ ਤਾਂ ਜੀ ਜਾਊਂਗਾ। ਜਦ ਪੇਸ਼ੈਂਟ ਦਿਮਾਗ ਤੋਂ ਹਾਰ ਗਿਆ, ਫਿਰ ਅਪਾਹਿਜ, ਸਰੀਰੀ ਦੇ ਰੂਪ 'ਤੇ ਨਹੀਂ, ਦਿਮਾਗ ਤੋਂ ਹਾਰ ਗਿਆ। ਡਿਪਰੈਸ਼ਨ ਦੇ ਪੇਸ਼ੈਂਟ ਤੁਸੀਂ ਦੇਖੇ ਹੋਣ ਤਾਂ ਚੰਗੇ ਭਲੇ ਹੁੰਦੇ ਆ, 6-6 ਫੁੱਟ ਦੇ ਤਗੜੇ ਹੁੰਦੇ ਆ, ਲੇਕਿਨ ਜ਼ਿੰਦਾ ਲਾਸ਼ ਵਾਂਗ ਘੁੰਮ ਰਹੇ ਹੁੰਦੇ ਆ, ਦਿਮਾਗ ਤੋਂ ਹਾਰ ਗਏ। ਇਹ ਦਿਮਾਗ ਤੋਂ ਸਵਸਥ ਹੈ ਤਾਂ ਕਿ ਉਹ ਜੇ ਪੈਟਰਨ ਚੱਲਦੇ ਜੀ। ਤੇ ਇਹ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਇਹਨਾਂ ਨੂੰ ਦਿਮਾਗ ਤੋਂ ਸਵਸਥ ਬਣਾ ਰਹੇ ਹੋ, ਤੁਸੀਂ ਇਹਨਾਂ ਦੇ ਵਿੱਚ ਜ਼ਿੰਦਗੀ ਜੀਣ ਦਾ ਜਜ਼ਬਾ ਭਰ ਰਹੇ ਹੋ, ਥੋੜਾ ਇਹ ਬਹੁਤ ਖੂਬਸੂਰਤ ਗੱਲ ਹੈ। ਤੇ ਸ਼ੇਰ ਸਿੰਘ ਨੂੰ ਜ਼ਰੂਰ ਮਿਲੋ ਜੀ, ਇਹਨਾਂ ਦਾ ਹਾਂਜੀ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮ ਕੀ ਤੁਹਾਡਾ ਜੀ? ਮੇਰਾ ਨਾਮ ਸ਼ੇਰ ਸਿੰਘ ਹੈ ਜੀ। ਹਾਂਜੀ, ਤੁਹਾਡੇ ਬਾਰੇ ਜਾਣਨਾ ਚਾਹਾਂਗੇ ਜੀ। ਠੀਕ ਹੈ ਜੀ। ਮੇਰਾ ਨਾਮ, ਮੇਰੇ ਪਿੰਡ ਦਾ ਨਾਮ ਪਿੰਡ ਮਲੋਟ ਹੈ, ਜ਼ਿਲ੍ਹਾ ਹੁਸ਼ਿਆਰਪੁਰ ਹੈ ਜੀ। ਅਤੇ 2016 ਤੋਂ ਪਹਿਲਾਂ ਸਾਡੀ ਫੈਮਿਲੀ ਬੜੀ ਖੁਸ਼ਹਾਲ ਰਹੀ ਸੀ, ਬੜੇ ਖੁਸ਼ੀ ਸੁਖੀ ਨਾਲ ਜੀਵਨ ਬਤੀਤ ਕਰ ਰਹੇ ਸੀ। ਪਰ ਅਚਾਨਕ ਹੀ 2016 ਦੇ ਵਿੱਚ ਇੱਕ ਇੱਦਾਂ ਦਾ ਮੋੜ ਆਇਆ ਜਿਸ ਵਿੱਚ ਮੈਨੂੰ ਦੁਰਘਟਨਾ ਕਰਨ ਹਾਦਸਾ ਹੋ ਗਿਆ। ਇੱਕ ਬਹੁਤ, ਮੈਂ ਬਿਜਲੀ ਦਾ ਕੰਮ ਕਰਦਾ ਸੀ,
ਤੇ ਬਿਜਲੀ ਕੰਮ ਕਰ ਰਹੇ ਸੀ ਤੇ ਪੋਲ ਚੜ੍ਹਿਆ ਹੋਇਆ ਸੀ, ਪਿੱਛੋਂ ਲਾਈਨ ਆਨ ਕਰਤੀ ਮੁੰਡੇ ਨੇ, ਝਟਕਾ ਲੱਗਣ ਦੇ ਕਾਰਨ ਮੈਂ ਥੱਲੇ ਡਿੱਗਿਆ ਸੀ, ਜਿਸ ਕਾਰਨ ਮੇਰਾ ਲੈਵਲ ਵੀ ਮੈਨੂੰ ਪਹਿਲੇ ਨਹੀਂ ਪਤਾ ਸੀ ਵੀ ਸਪਾਈਨ ਕੋਡ ਇੰਜਰੀ ਹੁੰਦੀ ਕੀ ਹੈ, ਕੀ ਲੈਵਲ ਹੁੰਦਾ ਜੀ, ਤੇ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਲੈਵਲ ਕੀ ਚੀਜ਼ ਹੈ ਨਾ ਜੀ, ਤੇ ਫਿਰ ਮੇਰਾ ਲੈਵਲ ਸੀ T5 T6, ਉਸ ਲੈਵਲ 'ਤੇ ਮੈਨੂੰ ਚੋਟ ਲੱਗੀ ਸੀ। ਉਸ ਤੋਂ ਬਾਅਦ ਜਦੋਂ ਮੈਂ PGI ਆਇਆ ਸੀ ਤੇ PGI ਮੇਰੇ 3 ਦਿਨਾਂ ਬਾਅਦ ਹੀ ਬੈਟਸੋਲ ਹੋ ਗਿਆ ਸੀ, ਤੇ 3 ਦਿਨਾਂ ਬਾਅਦ ਬੈਟਸੋਲ ਉਹ ਇੰਨੀ ਛੇਤੀ ਡੂੰਘਾਈ ਵਿੱਚ ਗਿਆ ਕਿ ਤੁਸੀਂ ਕਰ ਨਹੀਂ ਸਕਦੇ ਹਾਂ ਵੀ ਇੰਨੀ ਛੇਤੀ ਬੈਟਸੋਲ ਹੋ ਜਾਂਦਾ, ਤੇ ਮੇਰਾ ਬਹੁਤ ਜਲਦੀ ਬੈਟਸੋਲ ਵਿੱਚ ਚਲ ਗਿਆ, ਬਿਲਕੁਲ ਹੱਡੀ ਬਿਲਕੁਲ ਸਾਹਮਣੇ ਦਿਖਾਈ ਦਿੰਦੀ ਸੀ। ਤੇ ਜਦੋਂ 1.5 ਮਹੀਨੇ ਬਾਅਦ ਸਾਨੂੰ ਛੁੱਟੀ ਹੋਈ, ਘਰ ਵਿੱਚ ਗਏ, ਘਰ ਦੇ ਜੋ ਆਂਢ ਗੁਆਂਢ ਸੀ ਉਹਨਾਂ ਨੇ ਕਿਹਾ ਵੀ ਚਲੋ ਇੱਕ ਨਾ ਦੇਸੀ ਦਵਾਈ ਬਣਾ ਲਓ, ਉਹਦਾ ਬੈਟਸੋਲ ਬਹੁਤ ਜਲਦੀ ਠੀਕ ਹੁੰਦੇ ਆ, ਜ਼ਖਮ ਬੜੀ ਛੇਤੀ ਠੀਕ ਹੁੰਦੇ ਆ, ਤੁਸੀਂ ਉਹ ਚੀਜ਼ ਲਗਾਓ। ਅਸੀਂ ਵੀ ਉਹਨਾਂ ਦੇ ਕਹਿਣ 'ਤੇ ਇੱਕ ਦਵਾਈ ਜੀ ਬਣਾਈ ਦੇਸੀ, ਉਹ ਜਿਵੇਂ ਕਿ ਲਾਈ ਨਾ ਜੀ ਉਹ ਜ਼ਖਮ ਹੋਰ ਗਹਿਰਾ ਚਲ ਗਿਆ, ਔਰ ਜ਼ਖਮ ਵਿੱਚੋਂ ਮੁਸਕ ਆਉਣੀ ਸ਼ੁਰੂ ਹੋ ਗਈ। ਸ਼ੇਰਿੰਗ ਤੁਸੀਂ ਸੁਸਾਈਡ ਕਿੰਨੀ ਵਾਰ ਕਰਤੀ ਜੀ? ਮੈਂ 3.5 ਸਾਲ ਘਰ ਵਿੱਚ ਰਿਹਾ ਸੀ, 3.5 ਸਾਲਾਂ ਵਿੱਚ ਮੈਂ ਵੀ 3 ਵਾਰ ਮਰਨ ਦੀ ਕੋਸ਼ਿਸ਼ ਕੀਤੀ ਜੀ। ਇੱਕ ਵਾਰ ਤਾਂ ਮੈਂ ਕਰੰਟ ਲਾਉਣ ਦੀ ਕੋਸ਼ਿਸ਼ ਕੀਤੀ, ਫਿਰ ਮੈਂ ਤਾਰ ਤੱਕ ਪਹੁੰਚ ਨਹੀਂ ਪਾਇਆ ਜੀ। ਅਤੇ ਮੇਰੇ ਬੈਟਸੋਲ ਵਿੱਚੋਂ ਇੰਨੀ ਭਿਆਨਕ ਮੁਸਕ ਆਉਂਦੀ ਸੀ, ਐਡੇ ਡੂੰਘੇ ਬੈਟਸੋਲ, ਮੇਰੇ 6 ਬੈਟਸੋਲ ਸੀ, ਉਹ ਜੋ ਮੇਰੇ ਫਰੈਂਡ ਸੀ, ਮੇਰੇ ਦੋਸਤ ਥੇ, ਮੇਰੇ ਆਂਢ ਗੁਆਂਢ ਸੀ, ਰਿਸ਼ਤੇਦਾਰ ਸੀ, ਉਹ ਵੀ ਸਾਡੇ ਘਰ ਆਉਣ ਤੋਂ ਕੱਚ ਕੇ ਦੇ ਸੀ ਵੀ ਮੁੰਡੇ ਕੋਲੋਂ ਬੜੀ ਭੈੜੀ ਮੁਸਕ ਆਉਂਦੀ ਹੈ, ਜਿੱਦਾਂ ਕਿ ਇੱਕ ਡੰਗਰ ਮਾਰਿਆ ਨਹੀਂ ਹੁੰਦਾ, ਪਸ਼ੂ ਮਾਰਿਆ ਹੁੰਦਾ, ਜਿਹਨੂੰ ਕਹਿੰਦੇ ਬੜੀ ਗੰਦੀ ਬਦਬੂ ਆ ਰਹੀ, ਉੱਦਾਂ ਦੇ ਕਹਿੰਦੇ ਹੁੰਦੇ ਸੀ ਮੈਨੂੰ। ਅਤੇ ਵਿੱਚ ਤਾਂ ਮੇਰੇ ਆਂਢੀ ਗੁਆਂਢੀ ਇੱਦਾਂ ਵੀ ਕਹਿੰਦੇ ਸੀ ਵੀ ਤੂੰ ਇਹਦੇ ਨਾਲ ਚੰਗਾ ਤਾਂ ਮਰ ਹੀ ਜਾਂਦਾ, ਦੇਖ ਤਾਂ ਸੜ ਸੜ ਕੇ ਮਰ ਰਿਹਾ, ਇੱਦਾਂ ਲਫ਼ਜ਼ ਮੇਰੇ ਮੂੰਹ 'ਤੇ ਕਹਿ ਕੇ ਜਾਂਦੇ ਸੀ। ਅਤੇ ਫਿਰ ਮੈਂ ਕੀ ਕੀਤਾ ਵੀ ਮੈਂ ਕਮਰੇ ਵਿੱਚ ਚਲਾ ਗਿਆ, 3.5 ਸਾਲ ਮੈਂ ਕਮਰੇ 'ਚ ਰਿਹਾ, ਮੈਂ ਬਾਹਰਲੀ ਰੋਸ਼ਨੀ ਦੇਖੀ ਜੀ, ਜਦੋਂ ਵੀ ਕੋਈ ਮਿਲਣ ਗਿਣ ਆਉਂਦਾ ਜਾਂ ਸਾਡੇ ਘਰ ਉੱਦਾਂ ਵੀ ਕੋਈ ਆ ਰਿਹਾ, ਮੈਂ ਰਜਾਈ ਜਾਂ ਕੰਬਲ ਉੱਟ ਕੇ ਸੋ ਜਾਂਦਾ। ਇਹ ਬਿਲਕੁਲ ਸੱਚ ਗੱਲ ਹੈ, 3.5 ਸਾਲ ਰੋਸ਼ਨੀ ਨਹੀਂ ਦੇਖੀ, ਸੂਰਜ ਨਹੀਂ ਦੇਖਿਆ ਹੁੰਦਾ, ਕੋਈ ਬੰਦਾ ਇਮੇਜਿਨ ਕਰਕੇ ਦੇਖੇ ਇੱਕ ਹਫ਼ਤਾ ਸੂਰਜ ਨਾ ਦੇਖੇ ਕਿਆ ਹਾਲਾਤ ਹੋ ਜਾਂਦੇ ਆ, ਬੰਦਾ ਪਾਗਲ ਹੋ ਜਾਂਦਾ ਜੀ। ਤੁਸੀਂ ਆਪ ਹੀ ਕੋਵਿਡ ਦਾ ਦੌਰ ਯਾਦ ਹੈ, ਲੋਕਾਂ ਨੂੰ ਘਰ ਬੈਠਣਾ ਪੈ ਗਿਆ ਸੀ, ਡਿਪਰੈਸ਼ਨ ਆ ਗਿਆ ਸੀ ਲੋਕਾਂ ਨੂੰ ਕਿੰਨਾ ਜ਼ਿਆਦਾ, ਇਹ 3.5 ਸਾਲ ਦੀ ਗੱਲ ਕਰ ਰਿਹਾ। ਅਤੇ ਮੈਂ ਆਪਣੀ ਫੈਮਿਲੀ ਨਾਲ ਬਹੁਤ ਲੜਦਾ ਸੀ ਜੀ, ਕਿਉਂਕਿ ਬਹੁਤ ਚਿੜਚਿੜਾ ਹੋ ਗਿਆ ਸੀ, ਕਿਉਂਕਿ ਇੱਦਾਂ ਦੇ ਲਫ਼ਜ਼ ਮੈਨੂੰ ਕਿਹਾ ਜਾਂਦੇ, ਉਹ ਮੇਰੇ ਲਫ਼ਜ਼ ਮੇਰੇ ਬਹੁਤ ਜ਼ਿਆਦਾ ਚੁੱਭਦੇ ਹੁੰਦੇ ਸੀ। ਪਰ ਸ਼ੁਕਰ ਹੈ ਪਰਮਾਤਮਾ ਦਾ ਜਿਹਨਾਂ ਨੇ ਇੱਥੇ ਭੇਜਿਆ ਜੀ, ਇੱਥੇ ਆ ਕੇ ਮੇਰੀ ਜੂਨ ਸੁਧਰੀ ਹੈ ਜੀ, ਇੱਕ ਮੈਨੂੰ ਇਹ ਸਵਰਗ ਮਿਲਿਆ ਜੀ। ਇਹ ਦਿੱਲੀ ਕਿਸਾਨ ਮੋਰਚੇ ਤੇ, ਸ਼ੰਭੂ ਕਿਸਾਨ ਮੋਰਚੇ ਤੇ, ਹੁਣੇ ਸੋਨਮ ਵਾਂਗਚੁਕ ਨਾਲ ਬੈਠ ਕੇ ਆਇਆ ਹੈ ਲੇਹ ਲੱਦਾਖ ਤੇ, ਹਾਈਐਸਟ ਲੈਵਲ ਤੇ ਉੱਥੇ ਜਾ ਕੇ ਬੈਠ ਕੇ ਦੇਖ ਜੀ, ਇਹ ਸਾਰਾ ਕੁਝ ਸੰਭਵ ਹੋ ਪਾਇਆ ਟੀਮ ਦੇ ਸਹਿਯੋਗ ਨਾਲ ਜੀ, ਜੋ ਵੀਰ ਮਿਲ ਕੇ ਮੈਰਾਥਨ ਮੈਰਾਥਨਸ ਦੇ ਵਿੱਚ ਜਾਂਦਾ ਹੈ, ਪੰਜਾਬ ਯੂਨੀਵਰਸਿਟੀ ਵਿੱਚ ਆਪਣੇ ਪ੍ਰੋਗਰਾਮਸ ਲਗਾਉਂਦਾ ਹੈ, ਅਰਨ ਕਰਦਾ, ਪੈਸੇ ਕਮਾ ਕੇ ਘਰ ਭੇਜ ਰਿਹਾ, ਠੀਕ ਹੈ। ਤੁਸੀਂ ਸੋਚ ਸਕਦੇ ਹੋ ਕਿ ਹੁਣ ਮੈਂ ਇੱਥੇ ਰਹਿ ਕੇ ਪੈਸੇ ਕਮਾ ਰਿਹਾ, ਸਾਰਾ ਕੁਝ ਕਰ ਰਿਹਾ, ਪਰ ਉਹ ਸ਼ੇਰ ਸਿੰਘ ਜੋ ਅੱਜ ਵੀ ਘਰਾਂ ਵਿੱਚ ਬੰਦ ਹੈ ਨਾ ਜੀ, ਜਾਂ ਉਹ ਸ਼ੇਰ ਸਿੰਘ ਦੀਆਂ ਭੈਣਾਂ ਜੋ ਅੱਜ ਵੀ ਕਮਰੇ 'ਚ ਬੰਦ ਹੈ, 22-22 ਸਾਲ ਹੋ ਗਏ ਜੀ ਨੂੰ, ਉਹਨਾਂ ਨੂੰ ਕਿਵੇਂ ਕੱਢ ਸਕਦੇ ਹੋ? ਪਰ ਸੰਗਤ ਜੀ ਤੁਹਾਡਾ ਇੱਕ ਸ਼ੇਅਰ ਕੀਤਾ ਹੋਇਆ, ਹਾਂਜੀ ਸਹੀ ਬੋਲ ਰਿਹਾ, ਮੈਂ ਤੁਹਾਡਾ ਸ਼ੇਅਰ ਕੀਤਾ ਹੋਇਆ, ਤੁਹਾਡਾ ਇੱਕ ਸ਼ੇਅਰ ਕੀਤਾ, ਪਤਾ ਨਹੀਂ ਕਿੰਨੇ ਕੁ ਪੇਸ਼ੈਂਟ ਦੀ ਜਾਨ ਬਚਾਏਗਾ ਜੀ, ਮੈਂ ਨਹੀਂ ਸੋਚ ਨਹੀਂ ਸਕਦਾ ਜੀ, ਕਿਉਂਕਿ ਉਹਨਾਂ ਵਿੱਚੋਂ ਮੈਂ ਵੀ ਇੱਕ ਹੈਗਾ ਜੀ, ਜਿਨ੍ਹਾਂ ਦੇ ਤੁਹਾਡੇ ਸ਼ੇਅਰ ਕੀਤੇ ਵੀਡੀਓ ਵਿੱਚ ਮੈਂ ਵੀ ਇੱਕ ਵੀਡੀਓ ਦੇਖੀ ਸੀ, ਜਾਂ ਮੇਰੇ ਦੋਸਤ ਨੇ ਮੈਨੂੰ ਦਿਖਾਈ ਸੀ, ਤਾਂ ਉਹ ਵੀਡੀਓ ਦੇਖ ਕੇ ਮੈਂ ਇੱਥੇ ਤੱਕ ਪਹੁੰਚ ਕੀਤੀ ਸੀ, ਤਾਂ ਮੈਂ ਇੱਥੇ ਪਹੁੰਚਿਆ ਸੀ, ਮੈਂ ਵੀ ਡਰਦਾ ਸੀ ਵੀ ਮੈਨੂੰ ਕੀ ਕਹਿੰਦੇ ਮੇਰੇ ਪਿੰਡ ਦੇ, ਪਤਾ ਕੀ ਕਹਿੰਦੇ ਸੀ, ਉਹ ਨਾ ਜਾ ਉੱਥੇ, ਤੇਰੀ ਕਿਡਨੀਆਂ ਕਰ ਲੈਣੀਆਂ, ਤੇਰੀਆਂ ਅੱਖਾਂ ਕੱਢਣੀਆਂ, ਉੱਥੇ ਤੈਨੂੰ ਮਾਰ ਦੇਣਾ, ਮੈਂ ਕਿਹਾ ਮਾਰਿਆ ਤਾਂ ਪਹਿਲਾਂ ਹੀ ਹੈਗੀਆਂ, ਕਿੰਨੀਆਂ ਕਰ ਲੈਣਗੇ, ਕੀ ਕੱਢਣਾ, ਕਿਡਨੀਆਂ ਕੱਢਣ ਉਹ ਆਪਣੇ ਮੇਰੇ ਕੰਮ ਦੀਆਂ, ਮੈਂ ਕਿਹੜੇ ਚੱਲਦਾ ਹਾਂ ਹੁਣ, ਪਰ ਦੇਖੋ ਜੀ ਲੋਕ ਕੀ ਕਹਿੰਦੇ ਇੱਥੇ ਕੀ ਹੋਇਆ ਕਿ ਮੇਰੇ ਨਾਲ। ਇਹ ਧਰਮ ਦੀ ਭੈਣ ਰਾਖੀ ਪਲਵਲ ਹਰਿਆਣੇ ਤੋਂ ਆਏ ਨੇ, ਹਿਊਜ ਡਿਪਰੈਸ਼ਨ, ਲਾਈਫ ਪਾਰਟਨਰ ਨੇ ਛੱਡਤਾ, ਡਿਵੋਰਸ ਹੋ ਗਿਆ, ਹਿਊਜ ਡਿਪਰੈਸ਼ਨ, ਹੁਣ ਤੁਸੀਂ ਅਵਸਥਾ ਆਪ ਪੁੱਛ ਲਓ ਜੀ। ਮੇਰੇ ਕੋਲ ਅਭੀ ਇਧਰ 2 ਮਹੀਨੇ ਹੋਏ ਅਭੀ ਆਏ ਹੋਏ, ਹਾਂਜੀ ਮੈਂ ਸਿਰਫ ਫਿਜ਼ੀਓਥੈਰੇਪੀ ਕੇ ਲਈ ਆਈ ਹੂੰ। ਹਾਂਜੀ, ਤੋ ਪਹਿਲੇ ਕੀ ਲਾਈਫ ਕੈਸੀ ਥੀ ਔਰ ਅਬ ਕੀ ਲਾਈਫ ਕੈਸੀ ਹੈ? ਮਤਲਬ ਮੇਰੀ ਸ਼ਾਦੀ ਕੋ 3 ਮਹੀਨੇ ਹੋਏ ਥੇ, ਤੋ ਮੇਰੇ ਐਕਸੀਡੈਂਟ ਹੋ ਗਿਆ ਮੇਰੇ ਸਾਥ,
हाँ 5-6 महीने बाद मेरे हस्बैंड ने मेरे को छोड़ दिया। उसके बाद मतलब मैं घर में ही पड़ी रहती थी। ये है कि मतलब मैंने उम्मीद भी छोड़ दी कि मेरे को ठीक होना है या नहीं होना, मतलब कि जो दुख था मेरे को वो डिप्रेशन बहुत ज़्यादा था। ठीक होने के बारे में सोच भी नहीं सकती थी उस टाइम। तो अभी इधर आई हूँ तो मेरे को जहाँ 100% डिप्रेशन था अभी 1% भी डिप्रेशन नहीं है। ये यंग बच्चे ने ये वो उम्र है 20-22-25 साल जिससे बिच हजारा उमंगा होंदिया ने, ਹਜ਼ਾਰਾਂ ਖੁਆਇਸ਼ਾਂ ਹੁੰਦੀਆਂ ਨੇ, ਹਨਾ, ਉਹ ਦੱਬ ਕੇ ਰਹਿ ਜਾਂਦੀਆਂ, ਘਰਾਂ ਦੇ ਵਿੱਚ ਕੈਦ ਹੋ ਜਾਂਦੇ, ਬੈੱਡ ਤੇ ਕੈਦ ਹੋ ਜਾਂਦੇ ਆ, ਹਨਾ। ਭੈਣ ਮੇਰੇ ਕੋਲ 6-6.5 ਸਾਲ ਛੇ ਸਾਲ ਇੰਜਰੀ ਨੂੰ 6 ਸਾਲ ਹੋ ਚੁੱਕੇ ਹੈ। ਤੁਹਾਨੂੰ ਕੀ ਪ੍ਰੋਬਲਮ ਸੀ? ਮੇਰੀ ਵੀ ਸਪਾਈਨਲ ਕੋਰ ਇੰਜਰੀ ਹੋ ਗਈ ਸੀ ਜੀ। ਅੱਛਾ। ਹਾਂਜੀ, ਮੈਂ 6 ਸਾਲ ਤੋਂ ਘਰ ਹੀ ਸੀ, ਮੇਰੇ ਬੈੱਡ ਸੋਰ ਹੋ ਚੁੱਕੇ ਸੀ ਜੀ। ਅੱਛਾ। ਬੈੱਡ ਸੋਰ ਦਾ ਮੈਨੂੰ ਕੋਈ ਇਲਾਜ ਹੀ ਨਹੀਂ ਮਿਲ ਰਿਹਾ ਸੀ, ਮੈਂ ਕਿੱਥੋਂ ਕਰਾਵਾਂ, ਬਹੁਤ ਪੈਸਾ ਖਰਾਬ ਕਰਿਆ ਪਰ ਨਹੀਂ ਕਿਤੇ ਨਹੀਂ ਹੋ ਰਿਹਾ। 25-30 ਲੱਖ ਰੁਪਏ ਤੇ ਮੇਰੇ ਇਲਾਜ ਤੇ ਲਗਾ ਦਿੱਤਾ। ਅੱਛਾ। ਇਹ ਕਰਜ਼ਾ ਹੈ, ਸਭ ਦਾ ਇਹੀ ਹਾਲ ਹੈ। ਇਲਾਜ ਪ੍ਰੋਪਰ ਨਹੀਂ ਹੋ ਹੀ ਨਹੀਂ ਰਿਹਾ ਸੀ, ਰਿਕਵਰੀ ਨਹੀਂ ਹੋ ਰਹੀ ਸੀ ਬੈੱਡ ਸੋਰ। ਸਾਨੂੰ ਵੀਡੀਓ ਮਿਲੀ ਮੀਡੀਆ ਤੇ ਅਸੀਂ ਦੇਖਿਆ ਵੀਰ ਜੀ ਬਾਰੇ ਸਾਰਾ, ਸਾਨੂੰ ਪਤਾ ਲੱਗਿਆ ਤੇ ਫਿਰ ਅਸੀਂ ਇੱਥੇ ਆਏ। ਫਿਰ ਮੈਂ 7 ਮਹੀਨੇ ਇੱਥੇ ਰਹਿ ਕੇ ਗਈ, ਬੈੱਡ ਸੋਰ ਕਵਰ ਹੋਇਆ ਮੇਰਾ। ਫਿਰ ਹੁਣ ਮੈਂ ਦੁਬਾਰਾ ਆਈ ਹਾਂ, ਹੁਣ 2 ਮੰਥ ਮੈਨੂੰ ਦੁਬਾਰਾ ਹੋ ਗਿਆ ਜੀ। ਹੁਣ ਮੈਂ ਇਕੱਲੀ ਹੀ ਆਈ ਹਾਂ, ਮੰਮੀ ਨਹੀਂ ਨਾਲ ਆਏ। ਅੱਛਾ। ਹਾਂਜੀ, ਹੁਣ ਮੈਂ ਇੰਨਾ ਮੈਨੂੰ ਇੱਥੇ ਮੋਟੀਵੇਸ਼ਨ ਮਿਲਿਆ ਕਿ ਹਾਂ ਮੈਂ ਕੁਛ ਕਰ ਸਕਦੀ ਹਾਂ, ਇਕੱਲੀ ਰਹਿ ਸਕਦੀ ਹਾਂ। ਮੈਨੂੰ ਡਰ ਤਾਂ ਬਹੁਤ ਲੱਗ ਰਿਹਾ ਸੀ ਵੀ ਪਤਾ ਨਹੀਂ ਮੈਂ ਕਰ ਪਾਵਾਂਗੀ, ਇਕੱਲੀ ਰਹਿ ਪਾਵਾਂਗੀ ਨਾ ਮੰਮੀ ਡੈਡੀ ਵੀ ਨਾ, ਪਰ ਨਹੀਂ ਹੁਣ ਮੈਨੂੰ ਸਹੀ ਲੱਗਦਾ, ਮੈਂ ਕਰ ਸਕਦੀ ਹਾਂ ਸਭ ਕੁਛ ਕਰਨਾ। ਪਰ ਹੁਣ ਸਾਡੇ 'ਚ ਇੰਨਾ ਕੌਨਫੀਡੈਂਸ ਆ ਵੀ ਅਸੀਂ ਕਰਾਂਗੇ ਜ਼ਰੂਰ, ਵੀ ਅਸੀਂ ਵੀ ਅੱਗੇ ਵਧਣਾ ਹੈ, ਵੀ ਸਾਡੇ ਲਈ ਕੋਈ ਅੱਗੇ ਆਇਆ ਅਸੀਂ ਵੀ ਅੱਗੇ ਆਉਣਾ ਹੈ। ਸਾਡੇ ਕੋਲ ਇੱਦਾਂ ਦੇ ਬਹੁਤ ਸਾਰੇ ਪੇਸ਼ੈਂਟਸ ਹੁੰਦੇ ਆ ਜਿਨ੍ਹਾਂ ਨੂੰ ਰੀਨੋਨਡ 5-star ਔਰ ਨਾਮੀ ਹਸਪੀਟਲ ਨੇ ਜਵਾਬ ਦਿੱਤਾ ਹੁੰਦਾ ਔਰ ਇੱਥੇ ਆ ਕੇ ਬਚ ਜਾਂਦੇ। ਲੋਕ ਪੁੱਛਦੇ ਆ, ਡਾਕਟਰਸ ਤੱਕ ਪੁੱਛਦੇ ਆ ਕਿ ਤੁਸੀਂ ਇੱਦਾਂ ਦਾ ਕਿਆ ਸਪੈਸ਼ਲ ਕਰਦੇ ਹੋ? ਅਸੀਂ ਕੁਛ ਸਪੈਸ਼ਲ ਨਹੀਂ ਕਰਦੇ, ਅਸੀਂ ਬੇਸਿਕ ਚੀਜ਼ਾਂ ਸਹੀ ਢੰਗ ਨਾਲ ਕਰਦੇ ਹਾਂ ਔਰ ਰਿਕਵਰੀ ਹੋ ਜਾਂਦੀ ਹੈ। 19 ਸਾਲ ਦਾ ਟੋਟਲੀ ਇਲੈਕਟ੍ਰੋਕਿਊਟਡ ਹੋ ਕੇ ਆਇਆ ਸੀ, ਬਿਜਲੀ ਨਾਲ ਪੂਰਾ ਜਲਿਆ ਹੋਇਆ ਸੀ, ਪੂਰੇ ਬੈੱਡ ਸੋਰਸ ਨਾਲ ਭਰਿਆ ਪਿਆ ਸੀਗਾ। ਹੁਣ ਇਹ 90% ਤੱਕ ਰਿਕਵਰ ਕਰ ਚੁੱਕਿਆ ਹੈ। ਇਹ ਹੋਪਲੈਸ ਸਿਚੁਏਸ਼ਨ ਸੀ, ਪੂਰੀ ਹੋਪਲੈਸ, ਟੋਟਲੀ ਹੋਪਲੈਸ। ਡਾਕਟਰਸ ਨੇ ਸਾਰੇ ਪਾਸੇ ਜਵਾਬ ਦੇ ਚੁੱਕੇ ਸੀ ਸਾਰੇ ਪਾਸੇ, ਉਸ ਕੰਡੀਸ਼ਨ ਤੋਂ ਅੱਜ ਇਹ ਇਸ ਕੰਡੀਸ਼ਨ ਤੇ ਪਹੁੰਚਿਆ ਹੈ। ਅਬ ਕੈਸਾ ਲੱਗ ਰਿਹਾ ਹੈ? ਅਬ ਬਹੁਤ ਅੱਛਾ ਲੱਗ ਰਿਹਾ ਹੈ, ਮੈਨੂੰ ਯਹਾਂ ਕੇ ਬਹੁਤ ਅੱਛਾ ਲੱਗ ਰਿਹਾ ਹੈ। ਅੱਛੀ ਅੱਛੀ ਦਵਾਈਆਂ ਮਿਲ ਰਹੀ ਹੈ ਹਮੇ। ਜਬ ਆਪ ਆਏ ਥੇ ਤਬ ਸੋਚਾ ਥਾ ਕਿ ਠੀਕ ਹੋ ਜਾਓਗੇ, ਕਿਆ ਸੋਚਦੇ? ਸੋਚਾ ਥਾ ਕਿ ਬਸ ਅਬ ਯਹਾਂ ਸੇ ਟਾਂਗੇ ਹੀ ਕਾਟਨੀ ਪੜੇਗੀ, ਮੈਨੂੰ ਐਸਾ ਲੱਗ ਰਿਹਾ ਥਾ। ਯਹਾਂ ਸੇ ਸਾਰਾ ਫੈਲਾ ਹੁਆ ਥਾ, ਅਬ ਰਿਕਵਰ ਹੋ ਰਹਾ ਹੈ ਸਾਰਾ, ਅਬ ਫਿਰ ਸੇ ਠੀਕ ਹੋਣੇ ਲਗਾ। ਅਭੀ ਆਪਕੀ ਬਹੁਤ ਛੋਟੀ ਉਮਰ ਹੈ ਔਰ ਹਮੇਸ਼ਾ ਜੋ ਹੈ ਨਾ ਵੋ ਪੋਜ਼ਿਟਿਵ ਰਹਿਣਾ ਹੈ, ਹੈ ਨਾ? ਆਪਕੇ ਚਿਹਰੇ ਸੇ ਲਗਤਾ ਹੀ ਹੈ ਲੇਕਿਨ ਹਮੇਸ਼ਾ ਪੋਜ਼ਿਟਿਵ ਰਹਿਣਾ। ਯੇ ਬਤਾਓ ਕਿ ਬੜੇ ਹੋਕਰ ਕਿਆ ਬਣਨਾ ਚਾਹਤੇ? ਬੜੇ ਹੋਕਰ ਤੋ ਹਮ ਸਿੰਗਰ ਹੀ ਬਣਨਾ ਚਾਹਤੇ ਥੇ ਲੇਕਿਨ ਕਿਆ ਕਰੇ। ਫਿਰ ਗਾਣਾ ਸੁਣਾਓ ਹਮੇ। ਸਿੰਗਰ ਬਣਨਾ ਚਾਹਤੇ ਫਿਰ ਗੁਣਗੁਣਾਤੇ ਤੋ ਹੋਗੇ, ਇੱਕ ਦੋ ਲਾਈਨੇ ਤੋ ਸੁਣਾ, ਕਸ਼ਮੀਰੀ ਮੇ ਸੁਣਾ ਦੋ। ਮੈਂ ਕਹਤਾ ਜ਼ਿੰਦਗੀ ਤੋ ਲਗਦੀ ਹੈ ਘੋੜੇ ਕੀ ਸਵਾਰੀ ਹੈ, ਕੋਈ ਨਹੀਂ ਸਾਥ ਦੇਤਾ ਜੈਸੇ ਕੋਈ ਕੁਵਾਰੀ ਹੈ, ਮੈਨੇ ਆਪਣੀ ਜ਼ਿੰਦਗੀ ਖੁਦ ਹੀ ਵਿਗਾੜੀ ਹੈ, ਮਿਹਨਤ ਕਰਕੇ ਮੁਝੇ ਅਬ ਖੁਦ ਹੀ ਸਜਾਨੀ ਹੈ। ਆਪਾਂ ਗੱਲ ਕਰਦੇ ਹਾਂ ਫਿਰ ਪੇਸ਼ੈਂਟਸ ਦੀ, ਹੈ ਨਾ? ਹਰ ਕੋਈ ਆ ਰਿਹਾ, ਹਰ ਕੋਈ ਪੁੱਛ ਰਿਹਾ ਨਾ, ਹਾਏ ਪੇਸ਼ੈਂਟ ਠੀਕ ਹੈ, ਪੇਸ਼ੈਂਟ ਠੀਕ ਹੈ, ਪੇਸ਼ੈਂਟ ਠੀਕ ਹੈ। ਉਹਦੇ ਨਾਲ ਜੋ ਹੈ ਨਾ, ਜੋ ਉਹਦਾ ਸੇਵਾ ਸੰਭਾਲ ਕਰ ਰਿਹਾ, ਦੇਖ ਰਿਹਾ, ਮਲ ਮੂਤਰ ਤਿਆਗ ਕਰਾ ਰਿਹਾ, ਸਫਾਈ ਕਰਾ ਰਿਹਾ, ਜਿਹਨੇ ਆਪਣਾ ਜੀਵਨ ਤਿਆਗਤਾ, ਸਮਾਜ ਛੱਡਤਾ, ਸਭ ਕੁਛ, ਉਹਦੇ ਬਾਰੇ ਕੋਈ ਨਹੀਂ ਪੁੱਛੇਗਾ ਕਿ ਤੂੰ ਠੀਕ ਹੈ, ਤੂੰ ਵਿਆਹ ਤੇ ਗਈ, ਤੂੰ ਆਪਣੇ ਰਿਸ਼ਤੇਦਾਰ ਤੇ ਗਈ। ਇਹ ਲਾਈਫ ਪਾਰਟਨਰਸ ਹੁੰਦੀ ਹੈ ਇਹਨਾਂ ਦੀ ਵਾਈਫ, ਇਹਨਾਂ ਨੂੰ ਸਾਲੋ ਸਾਲ ਹੁੰਦੇ ਆਪਣੇ ਪੇਕੇ ਨਹੀਂ ਗਏ ਹੁੰਦੇ, ਰਿਸ਼ਤੇਦਾਰੀ ਸਮਾਜ 'ਚ ਭੈਣ ਭਰਾਵਾਂ ਦੇ ਵਿਆਹ 'ਤੇ ਨਹੀਂ ਗਏ ਹੁੰਦੇ, ਦੇਖੇ ਵੀ ਹੁੰਦਾ, ਸਮਾਜ ਛੱਡਤਾ ਹੁੰਦਾ। ਇਹਨਾਂ ਦੇ ਬਾਰੇ ਕੋਈ ਨਹੀਂ ਗੱਲ ਕਰਦਾ, ਇਹਨਾਂ ਦੇ ਬਾਰੇ ਕੋਈ ਨਹੀਂ ਪੁੱਛਦਾ। ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ? ਜ਼ੀਰਕਪੁਰ ਸੇ। ਜ਼ੀਰਕਪੁਰ? ਹਾਂਜੀ। ਤੇ ਕਿੰਨੇ ਸਾਲ ਹੋ ਗਏ? ਹਾਂਜੀ 5 ਸਾਲ ਕੰਪਲੀਟ ਹੋ ਗਏ, 6ਟਾ ਸਾਲ ਲੱਗਿਆ।
ਕੀ ਹੋਇਆ ਕੀ ਸੀ? ਐਕਸੀਡੈਂਟ ਬਾਈਕ ਤੇ ਥੇ ਔਨ ਡਿਊਟੀ। ਅੱਛਾ ਹਾਂਜੀ 2019 ਵਿੱਚ। ਤੇ ਇੱਥੇ ਤੁਸੀਂ ਕਦੋਂ ਆਏ? ਇਹ ਤੋਂ ਹਮਕੋ 4 ਮਹੀਨੇ ਹੋਣ ਵਾਲੇ ਹਾਂ। ਅੱਛਾ 4 ਮੰਥ। ਤੁਹਾਨੂੰ ਕਿੰਨਾ ਨੇ ਦੱਸਿਆ ਸੀਗਾ? ਇਹ ਬ੍ਰਾਜ਼ੀਲ ਸੀ, ਕਿਸੇ ਨੇ ਮੇਰੇ ਦੇਵਰ ਕੋ ਦਿੱਤੀ ਵੀਡੀਓ, ਤੋ ਫਿਰ ਉਹ ਹਮਨੇ ਦੇਖਾ ਥਾ ਕਿ ਮੈਂ ਕਿਹਾ ਕਾਫੀ ਟਾਈਮ ਬਾਅਦ ਕਿ ਆਪ ਯਹਾਂ ਜਾ ਕੇ ਪਤਾ ਕਰੋ। ਫਿਰ ਮੈਂ ਯਹਾਂ ਦੇਖਨੇ ਆਈ ਥੀ, ਵੀਰ ਸੇ ਬਾਤ ਹੋਈ, ਮੇਰੀ ਦੀਦੀ ਸੇ ਬਾਤ ਹੋਈ, ਮੁਝੇ ਯਹਾਂ ਪੇ ਅਭੀ ਆ ਕੇ ਕਾਫੀ ਰਿਕਵਰੀ ਹੈ, 80% ਸੇ ਵੀ ਉੱਪਰ ਰਿਕਵਰੀ ਹੋ ਚੁੱਕੀ ਹੈ ਬੈਡ ਸੋਲ ਕੀ, ਔਰ ਕਾਫੀ ਹਰ ਚੀਜ਼ ਕੇ ਲਈ ਬਹੁਤ ਅੱਛਾ ਹੈ, ਜਿਤਨਾ ਹਮਨੇ ਸੋਚਾ ਥਾ ਉਸਸੇ ਕਈ ਜ਼ਿਆਦਾ ਹੈ। ਜਿਵੇਂ ਕਿ ਵੀਰ ਜੀ ਨੇ ਕਿਹਾ ਕਿ ਅਸੀਂ ਅਕਸਰ ਹੀ ਪੇਸ਼ੈਂਟ ਦੀ ਗੱਲ ਕਰਦੇ ਹਾਂ, ਉਹਨਾਂ ਨਾਲ ਜੁੜੇ ਸ਼ਖਸ ਦੀ ਗੱਲ ਨਹੀਂ ਕਰਦੇ। ਤੁਹਾਡੇ ਲਾਈਫ ਪਾਰਟਨਰ ਇਸ ਅਵਸਥਾ ਵਿੱਚ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਜਿਹੜੇ ਆ ਨਾ ਉਹ ਛੱਡ ਜਾਂਦੇ ਆ, ਤੁਹਾਡੀ ਜ਼ਿੰਦਗੀ ਜਿਹੜੀ ਆ ਰੁਕ ਗਈ ਹੈ ਇੱਕ ਤਰੀਕੇ ਦੇ ਨਾਲ, ਤੇ ਨਹੀਂ ਰੁਕੀ ਕਿਉਂਕਿ ਮੇਰੇ ਕੋਲ ਜਬ ਐਕਸੀਡੈਂਟ ਹੋਇਆ ਥਾ ਨਾ, ਤੋ ਜਸਟ 1 ਮਿੰਟ ਕੇ ਲਈ ਤੋ ਮੇਰੀ ਰੁਕੀ ਥੀ, ਬਟ ਉਸਕੇ ਬਾਅਦ ਮੈਨੇ ਆਪਣੇ ਆਪ ਕੋ ਮਜ਼ਬੂਤ ਕਰਕੇ ਐਕਸੈਪਟ ਕੀਆ ਕਿ ਬਟ ਨਹੀਂ ਚਲੇਂਗੇ, ਮਗਰ ਮੈਨੇ ਹਿੰਮਤ ਨਹੀਂ ਆ ਰਹੀ। ਮੈਨੇ ਕਿਹਾ ਮੇਰੀ ਹਿੰਮਤ ਬਣੀ ਰਹੇਗੀ ਤੋ ਉਨਕੀ ਹਿੰਮਤ ਆਪਣਾ ਬਣੇਗੀ, ਤੋ ਮੈਂ ਨਹੀਂ ਚਾਹਤੀ ਕਿ ਮੇਰੇ ਹਸਬੈਂਡ ਨੇ ਮੇਰੇ ਕੋ ਮਤਲਬ ਐਸਾ ਕੁਛ ਨਹੀਂ ਹੈ ਮੇਰੇ ਲਈ ਕਿ ਮੇਰੀ ਲਾਈਫ ਰੁਕੀ ਹੈ, ਅੱਛੀ ਚੱਲ ਰਹੀ ਹੈ ਔਰ ਅੱਛੀ ਹੈ, ਅੱਗੇ ਵੀ ਚਲੇਗੀ ਭਗਵਾਨ ਚਾਹੇਗਾ। ਤੋ ਬੱਚੇ ਹੈ ਤੁਹਾਡੇ? ਹਾਂਜੀ ਮੇਰੀ 2 ਬੇਟੀ 1 ਬੇਟਾ ਹੈ। ਹਾਂਜੀ ਪੜ੍ਹਦੇ ਨੇ ਉਹ? ਹਾਂਜੀ ਇਹ ਗ੍ਰੈਜੂਏਸ਼ਨ ਕਰ ਚੁੱਕੇ, 2+2 ਕੇ ਪੇਪਰ ਦੀਆਂ ਵੀ ਔਰ 1 10th ਨੇ ਬੇਟਾ। ਉਹਨਾਂ ਨੂੰ ਕੌਣ ਉਹਨਾਂ ਦੇ ਟੇਕ ਕੇਅਰ? ਮੇਰੇ ਫਾਦਰ ਇਨ ਲੋ ਹੈ, ਮਦਰ ਇਨ ਲੋ ਹੈ, ਉਨਕੇ ਮੇਰੇ ਪਹਿਲੇ ਹਮਾਰੀ ਜੁਆਇੰਟ ਫੈਮਿਲੀ ਥੀ, ਅਭੀ ਸਭ ਅਲੱਗ ਅਲੱਗ ਹੋ ਚੁੱਕੇ ਹੈ। ਯਾਨੀ ਕਿ ਘਰ ਦਾ ਸਹਿਯੋਗ ਹੋਵੇ ਤਾਂ ਅਸੰਭਵ ਚੀਜ਼ ਕੁਝ ਵੀ ਨਹੀਂ ਹੈ। ਸਪੋਰਟ ਮੇਰੇ ਕੋ ਪੂਰਾ ਹੈ। ਹਾਂਜੀ ਫਾਈਨੈਂਸ਼ਲੀ ਔਰ ਵੈਸੇ ਵੀ ਹਰ ਚੀਜ਼ ਦਾ ਸਪੋਰਟ ਅੱਛਾ ਮਿਲਾ ਔਰ ਘਰ ਕੇ ਰਿਲੇਟਿਵ ਵਗੈਰਾ ਉਹਨਾਂ ਵੀ ਕਾਫੀ ਸਾਥ ਦੀ ਹੈ। ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਕਿ 90% ਪੇਸ਼ੈਂਟਸ ਇੱਥੇ ਸਪਾਈਨਲ ਕੋਰਡ ਹਨਾ ਹੁੰਦੇ ਨੇ, ਸਪਾਈਨਲ ਕੋਰਡ ਇੰਜਰੀ, ਪਰ 10% ਪੇਸ਼ੈਂਟਸ ਅਲੱਗ ਤਰ੍ਹਾਂ ਦੇ ਵੀ ਹੁੰਦੇ ਜਿਨ੍ਹਾਂ ਨੂੰ ਸਮਾਜ ਨੇ ਆਪਣੇ ਨੇ ਛੱਡਤਾ ਹੁੰਦਾ ਹੈ। ਬਾਪੂ ਜੀ ਅੱਗੇ ਆਇਓ, ਇਹ ਬਾਪੂ ਜੀ ਜਦ ਲੈ ਕੇ ਆਏ ਸੀ ਤਰਨ ਤਾਰਨ ਤੋਂ ਜਾ ਕੇ, ਇਹ ਜ਼ਿੰਦਾ ਲਾਸ਼ ਸੀ, ਧੁੱਪ 'ਚ ਸਿੱਟਿਆ ਹੋਇਆ ਸੀ ਉਹਨਾਂ, ਬਿਲਕੁਲ ਨਿਰੀ ਧੁੱਪ 'ਚ ਐਂਦੇ ਦੇ ਉੱਥੋਂ ਲੈ ਕੇ ਆਏ ਸੀ। ਅੱਜ ਬਾਪੂ ਜੀ ਤੁਰਦੇ ਫਿਰਦੇ ਵਧੀਆ, ਬਹੁਤ ਵਧੀਆ ਹੁਣ ਤਾਂ ਜੀ, ਠੀਕ ਹੈ। ਉਸ ਤੋਂ ਹੁਣ ਇਹ ਇਹਨਾਂ ਦੀ ਸੇਵਾ ਦੇ ਵਿੱਚ ਸਹਿਯੋਗ ਕਰਦੇ ਹਾਂ। ਗੁਰੂ ਪ੍ਰਤਾਪ ਇਤਿਹਾਸਿਕ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਨੇੜੇ ਪਿੰਡ ਹੈ ਇਹਦਾ, ਔਰ 1 ਮਹੀਨੇ ਦੇ ਵਿੱਚ ਮੰਮੀ ਡੈਡੀ ਦਾਦਾ ਅਲੱਗ ਅਲੱਗ ਰੀਜ਼ਨਸ ਦੇ ਕਾਰਨ ਡੈਥ ਹੋ ਗਈ। 85 ਸਾਲ ਦੀ ਦਾਦੀ ਕਿੱਥੇ ਸਾਂਭੇ, ਇਕੱਠੇ ਹੋ ਕੇ ਸਾਨੂੰ ਇਹ ਸੇਵਾ ਬਖਸ਼ੀ ਗਈ। ਸਾਡੇ ਹੱਥ ਪੈਰ ਖੜੇ ਹੋ ਗਏ ਸੀ ਕਿਉਂਕਿ MR ਪੇਸ਼ੈਂਟ ਨੂੰ ਸਾਂਭਣ ਲਈ ਅਲੱਗ ਤਰ੍ਹਾਂ ਦਾ ਇਨਫਰਾਸਟ੍ਰਕਚਰ, ਅਲੱਗ ਤਰੀਕੇ ਦੀ ਫੈਸਿਲਿਟੀ ਚਾਹੀਦੀ ਹੁੰਦੀ ਹੈ। ਬਟ ਭਗਤ ਜੀ ਨੂੰ ਯਾਦ ਕੀਤਾ ਕਿ ਉਹਨਾਂ ਨੂੰ ਵੀ ਪਿਆਰੇ ਨਾਮ ਦੇ ਬੱਚੇ ਦੀ ਬਖਸ਼ ਕੀਤੀ ਸੀ ਸੰਗਤ ਨੇ ਇਕੱਠੇ ਹੋ ਕੇ, ਉਹਨਾਂ ਨੂੰ ਜਿਹਨਾਂ 32 ਸਾਲ ਆਪਣੀ ਪਿੱਠ ਦੇ ਉੱਪਰ ਉਹ ਲੈ ਕੇ ਘੁੰਮਦੇ ਰਹੇ। ਅਸੀਂ ਜੋ ਮੇਲ ਕਾਊਂਟਰ ਪਾਰਟ ਹੈ ਨਾ, ਅਸੀਂ ਤਾਂ ਇਹ ਸਭ ਕੁਛ ਕਰ ਪਾਉਂਦੇ ਹਾਂ ਕਿਉਂਕਿ ਸਾਡੇ ਪਿੱਛੇ ਸਾਡੀ ਵਿਮੈਨਸ ਇਨ ਦਾ ਰੋਲ ਆਫ ਸਾਡੀ ਮਦਰ, ਸਾਡੀ ਭੈਣਾਂ, ਸਾਡੀ ਵਾਈਫਸ ਹੈ ਨਾ, ਸਾਡੀ ਆਪ ਭੈਣਾਂ, ਇਹ ਸਾਰੇ ਰੋਲ ਨਿਭਾ ਪਾਉਂਦੇ ਹਾਂ ਤਾਂ ਅਸੀਂ ਇਹ ਕਰ ਪਾਉਂਦੇ ਹਾਂ, ਹੈ ਨਾ। ਜੇ ਉਹ ਪਿੱਛੇ ਹੈਗੇ ਨਾ, ਚਾਹੇ ਭੈਣਾਂ ਹੈਗੀਆਂ ਪਿੱਛੇ, ਤਾਂ ਅਸੀਂ ਇਕੱਠੇ ਹੋ ਕੇ ਕਰ ਪਾਉਂਦੇ ਹਾਂ। ਇਕੱਲਾ ਸਵਰਨਜੀਤ ਸਿੰਘ ਕੁਛ ਨਹੀਂ ਕਰ ਸਕਦਾ। ਤੁਹਾਡੀ ਟੀਮ, ਸਾਰੀ ਟੀਮ ਨੂੰ ਮੈਂ ਦੱਸਣਾ ਚਾਹਾਂਗੀ ਦਰਸ਼ਕਾਂ ਨੂੰ, ਇਹ ਆ ਮਨੀਸ਼ ਜੀ ਜਿਨ੍ਹਾਂ ਦਾ ਜ਼ਿਕਰ ਜਿਹੜਾ ਹੈ ਉਹ ਕੀਤਾ ਸੀ ਸਰ ਨੇ ਆਪਣੀ ਇੰਟਰਵਿਊ ਦੇ ਵਿੱਚ ਕਿ 2019 ਦੇ ਵਿੱਚ ਇਹ ਮਿਲੇ ਸੀ, ਪਿੱਛੇ ਤੁਸੀਂ ਇਹਨਾਂ ਦੀ ਵਿਮਨ ਇੰਪਾਵਰਮੈਂਟ ਨੂੰ ਲੈ ਕੇ ਟੀਮ ਦੇਖ ਰਹੇ ਆ, ਤੇ ਸਾਰਿਆਂ ਨੂੰ ਸਲਾਮ ਹੈ। ਇਹਨਾਂ ਦੀ ਟੀਮ ਬਹੁਤ ਵੱਡੀ ਹੈ, ਕੁਝ ਪ੍ਰਤੱਖ ਤੌਰ ਤੇ ਸਾਡੇ ਨਾਲ ਜੁੜੇ ਹੋਏ ਨੇ, ਕੁਝ ਅਪ੍ਰਤੱਖ ਤੌਰ ਤੇ ਵੀ ਤੁਹਾਡੇ ਨਾਲ ਜੁੜੇ ਹੋਣਗੇ ਜੋ ਇਸ ਸਮੇਂ ਇੱਥੇ ਫਿਜ਼ੀਕਲੀ ਮੌਜੂਦ ਨਹੀਂ ਹਨ, ਤੇ ਸਾਰਿਆਂ ਨੂੰ ਸਲਾਮ, ਇਹਨਾਂ ਸਾਰਿਆਂ ਨੂੰ ਵੀ ਸਲਾਮ, ਕਿਉਂਕਿ ਇਹ ਉਹ ਲੋਕ ਆ ਜੋ ਜ਼ਿੰਦਗੀ ਜੀਣੀ ਕਿਵੇਂ ਆ ਇਹ ਜਜ਼ਬਾ ਸਾਡੇ ਵਰਗਿਆਂ ਨੂੰ ਸਿਖਾਉਂਦੇ ਆ।